ਸਿੱਖ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚਿਆ ਪਿੰਡ ਵਰਪਾਲ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਭਾਈ ਕਲਵੰਤ ਸਿੰਘ ਵਰਪਾਲ ਦੇ ਘਰ। ਹੁਣ ਸਾਡੇ ਨਾਲ ਉਹਨਾਂ ਦੇ ਭਤੀਜੀ ਜੀ, ਅੱਜ ਭਤੀਜਾ ਜੀ ਬੈਠੇ ਹਨ। ਆਹ ਉਹਨਾਂ ਨਾਲ ਫਤਿਹ ਸਾਹਿਬ ਪਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਫਤਿਹ। ਭੈਣ ਜੀ, ਆਪਣੇ ਚਾਚਾ ਜੀ, ਡੈਡੀ ਜੀ ਬਾਰੇ ਦੱਸੋ ਵੀ ਉਹਨਾਂ ਨੂੰ ਸਭ ਤੋਂ ਪਹਿਲਾਂ ਪੁਲਿਸ ਨੇ ਕਦੋਂ ਉਹਨਾਂ ਨੂੰ ਚੁੱਕਿਆ? ਮੇਰੇ ਡੈਡੀ ਜੀ ਹੁਣੀ 6 ਭਰਾ ਸਨ, ਤੇ ਮੇਰੇ ਡੈਡੀ ਜੀ ਉਹਨਾਂ ਨੂੰ ਸਭ ਤੋਂ ਪਹਿਲੀ ਵਾਰ ਪੁਲਿਸ ਨੇ 86 ਵਿੱਚ ਖਾੜਕੂਆਂ ਨੂੰ ਪਨਾਹ ਦੇਣ ਦੇ ਕੇਸ ਵਿੱਚ ਚੁੱਕਿਆ ਸੀ। ਤੇ ਬਾਅਦ ਵਿੱਚ ਜਿਹੜੇ ਮੇਰੇ ਸਭ ਤੋਂ ਛੋਟੇ ਚਾਚਾ ਜੀ ਸਨ, ਭਾਈ ਹਰਦੇਵ ਸਿੰਘ ਰਾਕਟ, ਹਾਂਜੀ, ਉਹਨਾਂ ਨੂੰ 91 ਵਿੱਚ ਪੁਲਿਸ ਨੇ ਚੁੱਕ ਕੇ ਤੇ ਸ਼ਹੀਦ ਕਰ ਦਿੱਤਾ ਸੀ। ਤੇ ਉਸ ਤੋਂ ਬਾਅਦ ਫਿਰ 92 ਵਿੱਚ ਮੇਰੇ ਦੂਸਰੇ ਚਾਚਾ ਜੀ ਭਾਈ ਬਖਤਾਵਰ ਸਿੰਘ ਜੀ, ਉਹਨਾਂ ਨੇ ਵੀ ਪੁਲਿਸ ਨੇ ਚੁੱਕ ਲਿਆ, ਉਹ ਕਿਤੇ ਸ਼ਹਿਰ ਗਏ ਹੋਏ ਸਨ। ਤੇ ਬਾਅਦ ਚ ਪੁਲਿਸ ਨੇ ਉਹਨਾਂ ਤੇ ਵੀ ਹਥਿਆਰਾਂ ਦਾ ਕੇਸ ਪਾ ਕੇ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਸੀ। ਤੇ ਹਾਂਜੀ, ਫਿਰ 93 ਵਿੱਚ ਅੰਤ ਹਾਰ ਕੇ ਅਸੀਂ ਉੱਥੋਂ ਆਪਣੀ ਪੈਲੀ ਸਾਰੀ ਜਾਇਦਾਦ ਵੇਚ ਕੇ ਸ਼ਹਿਰ ਵਿੱਚ ਆ ਗਏ, ਕਿਉਂਕਿ ਪੁਲਿਸ ਸਾਨੂੰ ਡੇਲੀ ਉੱਥੇ ਤੰਗ ਕਰਦੀ ਸੀ। ਜਦੋਂ ਵੀ ਪੁਲਿਸ ਕਿਸੇ ਵੀ ਘਰ ਦੇ ਮੈਂਬਰ ਨੂੰ ਚੁੱਕ ਲੈਂਦੀ ਸੀ ਤਾਂ ਸਾਡੇ ਘਰ ਦੇ ਜਿਹੜੀ ਪੈਲੀ ਹੁੰਦੀ ਸੀ ਉਹ ਗਹਿਣੇ ਪਾ ਗਏ ਤਾਂ ਛਡਾਉਂਦੇ ਸੀ। ਤੇ ਫਿਰ ਅਸੀਂ ਜਦੋਂ ਇੱਥੇ ਆ ਗਏ ਤਾਂ ਹੁਣ 2012 ਦੇ ਵਿੱਚ 10 ਦੇ ਵਿੱਚ ਫਿਰ ਮੇਰੇ ਚਾਚਾ ਜੀ ਭਾਈ ਕੁਲਵੰਤ ਸਿੰਘ ਵਰਪਾਲ ਹੋਣਾ ਨੂੰ ਪੁਲਿਸ ਨੇ ਚੁੱਕਿਆ, ਕਿਉਂਕਿ ਉਹ ਭਾਈ ਪਾਲ ਸਿੰਘ ਫਰਾਂਸ ਹੋਣਾ ਦੇ ਡਰਾਈਵਰ ਸੀ ਹਾਂਜੀ, ਤੇ ਨਰੈਣ ਸਿੰਘ ਚੌੜੇ ਨਾਲ ਉਹਨਾਂ ਦੇ ਸੰਪਰਕ ਸੀ। ਠੀਕ ਹੈ ਜੀ। ਤੇ ਇਸੇ ਕੇਸ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ 2010 21 ਜੁਲਾਈ ਰਾਤ ਨੂੰ ਚੁੱਕ ਲਿਆ ਕਿ ਅਸੀਂ ਤੁਹਾਨੂੰ ਕੁਝ ਬੰਦਿਆਂ ਦੀ ਪਹਿਚਾਣ ਕਰਾਉਣੀ ਆ। ਠੀਕ ਹੈ ਜੀ। ਤਾਂ ਬਾਅਦ ਵਿੱਚ ਸਾਨੂੰ ਪੁਲਿਸ ਵਾਲੇ ਬੋਲ ਗਏ ਕਿ ਅਸੀਂ ਸਵੇਰੇ ਕੁਲਵੰਤ ਸਿੰਘ ਨੂੰ ਘਰ ਛੱਡ ਜਾਣਾ ਤਾਂ ਤੁਸੀਂ ਕਿਸੇ ਨੂੰ ਰਿਪੋਰਟ ਨਹੀਂ ਦੇਣੀ। ਠੀਕ ਹੈ ਜੀ। ਤੇ ਅਸੀਂ ਉਹਨਾਂ ਦੀ ਗੱਲ ਦਾ ਵਿਸ਼ਵਾਸ ਕਰ ਲਿਆ ਤਾਂ ਅਸੀਂ ਕਿਹਾ ਕਿ ਸਵੇਰੇ ਸ਼ਾਇਦ ਛੱਡ ਜਾਣਗੇ, ਪਰ ਫਿਰ ਵੀ ਅਸੀਂ ਰਾਤ ਨੂੰ ਸਾਡੇ ਘਰ ਦੇ ਲਾਗੇ ਇੱਕ ਚੌਂਕੀ ਆ ਹਾਂਜੀ, ਉੱਥੇ ਇਤਲਾਹ ਦਿੱਤੀ ਕਿ ਇਸ ਤਰ੍ਹਾਂ ਮੇਰੇ ਚਾਚਾ ਜੀ ਨੂੰ ਸਿਵਲ ਵਰਦੀ 'ਚ ਕੁਝ ਆਦਮੀ ਆਏ ਆ ਤੇ ਲੈ ਕੇ ਚਲ ਗਏ ਆ। ਠੀਕ ਹੈ। ਅਗਲੇ ਦਿਨ ਅਸੀਂ ਸਾਰੇ ਦਿਨ ਵੀ ਲੱਭਦੇ ਰਹੇ ਵੀ ਕਿਤੇ ਸਾਨੂੰ ਕੋਈ ਇਤਲਾਹ ਨਾ ਮਿਲੀ। ਪੁਲਿਸ ਵੀ ਆਂਦੀ ਕਿ ਸਾਨੂੰ ਕਿਸੇ ਬਾਰੇ ਪਤਾ, ਉਹਨਾਂ ਬਾਰੇ ਕੋਈ ਪਤਾ ਨਹੀਂ ਲੱਗ ਰਿਹਾ। ਠੀਕ ਹੈ ਜੀ। ਤੇ ਫਿਰ 25 ਜੁਲਾਈ ਨੂੰ ਨਾ ਅਖਬਾਰ ਦੇ ਵਿੱਚ ਖਬਰ ਛਪੀ ਕਿ ਕੁਲਵੰਤ ਸਿੰਘ ਨੂੰ ਅਸੀਂ ਇੱਕ ਬਲਾਰੋ ਗੱਡੀ ਦੇ ਵਿੱਚ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਜਲੰਧਰ ਬਾਈਪਾਸ ਤੋਂ। ਹਾਂਜੀ, ਤੇ ਜਿਹੜੀ ਗੱਡੀ ਸੀ ਉਹ ਭਾਈ ਪਾਲ ਸਿੰਘ ਫਰਾਂਸ ਦੀ ਦੱਸੀ ਜਾਂਦੀ ਸੀ ਠੀਕ ਹੈ ਜੀ। ਤੇ ਚਾਚਾ ਜੀ ਨਾਲ ਇੱਕ ਉਹਨਾਂ ਦਾ ਦੋਸਤ ਸੀ। ਤਾਂ ਫਿਰ ਸਾਨੂੰ ਪਤਾ ਲੱਗਾ ਕਿ 22 ਤਰੀਕ ਨੂੰ ਭਾਈ ਪਾਲ ਸਿੰਘ ਫਰਾਂਸ ਹੋਣਾ ਨੂੰ ਵੀ ਉਹਨਾਂ ਨੂੰ ਚੁੱਕ ਕੇ ਲਿਆਂਦਾ ਸੀ। ਤਾਂ ਫਿਰ 26 ਜੁਲਾਈ ਨੂੰ ਚਾਚਾ ਜੀ ਨੂੰ ਘਰ ਪੁਲਿਸ ਲੈ ਆਈ ਹਾਂਜੀ, ਤੇ ਲਿਆਣ ਕੇ ਉਹਨਾਂ ਨੇ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਭਾਈ ਨਰੈਣ ਸਿੰਘ ਚੌੜੀ ਬਾਰੇ ਦੱਸੋ। ਘਰ 'ਚ ਕੁੱਟਣਾ ਸ਼ੁਰੂ ਕਰਤਾ? ਹਾਂਜੀ ਹਾਂਜੀ, ਘਰ ਦੇ ਵਿੱਚ ਕੁੱਟਣਾ ਸ਼ੁਰੂ ਕਰਤਾ। ਇਸ ਤਰ੍ਹਾਂ 11 ਵਜੇ ਲੈ ਕੇ ਆਏ ਆ ਘਰ। ਠੀਕ ਹੈ ਜੀ। ਤਾਂ ਉਹਨਾਂ ਦੀ ਹਾਲਤ ਤਾਂ ਪਹਿਲੇ ਬਹੁਤ ਖਰਾਬ ਸੀ, ਤਾਂ ਪਰ ਪੁਲਿਸ ਵਾਲੇ ਕਹਿੰਦੇ ਸੀ ਕਿ ਭਾਈ ਨਰੈਣ ਸਿੰਘ ਚੌੜੇ ਬਾਰੇ ਦੱਸੋ। ਤੁਸੀਂ ਘਰੇ ਸੀ ਸਾਰੇ ਜਦੋਂ ਕੁੱਟ ਰਹੇ ਸੀ ਸਾਰੇ? ਇੱਕ ਮੈਂ ਸਾਂ, ਇੱਕ ਮੇਰੇ ਬਜ਼ੁਰਗ ਦਾਦੀ ਜੀ ਸੀ। ਠੀਕ ਹੈ ਜੀ। ਤਾਂ ਪੁਲਿਸ ਨੇ ਸਾਨੂੰ ਕਮਰੇ 'ਚ ਬੰਦ ਕਰ ਦਿੱਤਾ, ਤਾਂ ਡੰਗ ਉਹ ਨਾਲ ਹੀ ਲੈ ਕੇ ਆਏ ਸੀ। ਤਾਂ ਆਂਢ ਗੁਆਂਢ ਤਾਂ ਸਾਡਾ ਸਾਰਾ ਜਿਹੜਾ ਸੀ ਕੋਠੇ ਤੇ ਚੜ ਕੇ ਵੇਖ ਰਿਹਾ ਸੀ। ਹਾਂਜੀ, ਤਾਂ ਪਰ ਪੁਲਿਸ ਨੇ ਬੇਪਰਵਾਹ ਨਾਲ ਬਹੁਤ ਜ਼ਿਆਦਾ ਕੁੱਟਿਆ। ਹਾਂਜੀ, ਤੇ ਜਦੋਂ 2-3 ਘੰਟੇ ਬਾਅਦ ਕੁੱਟ ਕੇ ਫਿਰ ਵਾਪਸ ਲੈ ਗਏ, ਇਹ ਵੀ ਪੁੱਛੀ ਜਾਂਦੇ ਸੀ ਕਿ ਭਾਈ ਨਰੈਣ ਸਿੰਘ ਚੌੜੇ ਬਾਰੇ ਦੱਸੋ, ਉਹਨਾਂ ਨਾਲ ਤੁਹਾਡੇ ਕਾਫੀ ਸੰਪਰਕ ਆ, ਤੁਹਾਡਾ ਉਹਨਾਂ ਘਰ ਆਉਣ ਜਾਣ ਆ। ਤਾਂ ਚਾਚਾ ਜੀ ਬੋਲਦੇ ਸੀ ਕਿ ਮੇਰਾ ਉਹਨਾਂ ਨੂੰ ਹੁਣ ਕਾਫੀ ਚਿਰ ਹੋ ਗਿਆ ਕਿ ਮੈਂ ਮਿਲਿਆ ਨਹੀਂ ਸੀ ਕਦੀ ਵੀ। ਠੀਕ ਹੈ ਜੀ। ਤਾਂ ਉਦੋਂ ਵੈਸੇ ਵੀ ਭਾਈ ਨਰੈਣ ਸਿੰਘ ਚੌੜੇ ਨੂੰ ਪੁਲਿਸ ਨੇ ਭਗੌੜਾ ਕਰਾ ਦਿੱਤਾ ਸੀ। ਤਾਂ ਫਿਰ 31 ਜੁਲਾਈ ਤੱਕ ਪੁਲਿਸ ਨੇ ਰਿਮਾਂਡ ਲਿਆ ਹੋਇਆ ਸੀ। ਤਾਂ ਜਦੋਂ ਜਾਣ ਲੱਗਾ ਇੰਸਪੈਕਟਰ ਹਰਵਿੰਦਰਪਾਲ ਸਟੇਟ ਸਪੈਸ਼ਲ ਦਾ ਸੈੱਲ ਦਾ ਸੀ, ਹਾਂਜੀ, ਤਾਂ ਉਹ ਸਾਨੂੰ ਕਹਿੰਦਾ ਕਿ ਜੇ ਤਾਂ ਤੁਸੀਂ ਬਚਣਾ ਵਾ ਤਾਂ ਮਾਤਾ ਜੀ ਇਸ ਤਰ੍ਹਾਂ ਕਰੋ ਕਿ ਆਪਣੇ ਜਿਹੜੇ ਵੀ ਬਾਲ ਬੱਚੇ ਹੈਗੇ ਇਹਨਾਂ ਨੂੰ ਇੱਥੋਂ ਲੈ ਕੇ ਤੇ ਚਲ ਜਾਓ। ਹਾਂਜੀ,
ਤਾਂ ਜਦੋਂ ਚਾਚਾ ਜੀ ਨੂੰ ਅਰੈਸਟ ਕੀਤਾ, 1 ਮਹੀਨਾ ਪਹਿਲਾਂ ਹੀ ਮੇਰੇ ਫਾਦਰ ਦੀ ਡੈਥ ਹੋਈ ਸੀ। ਠੀਕ ਹੈ। ਹਜੇ ਤਾਂ ਸਾਡੇ ਘਰ ਯਾਨੀ ਕਿ ਜਿਹੜੇ ਲੋਕ ਸੀ ਉਹ ਡੈਥ ਕਿੱਦਾਂ ਹੋਈ ਸੀ ਉਹਨਾਂ ਦੇ ਡੈਡੀ ਦੀ ਤੁਹਾਡੇ ਦੀ? ਉਹਨਾਂ ਦੀ ਹਾਰਟ ਅਟੈਕ ਨਾਲ ਹੋਈ ਸੀ ਪਹਿਲਾਂ, ਕਿਉਂਕਿ ਉਹਨਾਂ ਨੂੰ 86 ਵਿੱਚ ਜੇਲ੍ਹ 'ਚ ਰੱਖਿਆ ਸੀ ਪੁਲਿਸ ਨੇ, ਤਾਂ ਕਾਫੀ ਜ਼ਿਆਦਾ ਟੋਰਚਰ ਕੀਤਾ ਸੀ। ਹਾਂਜੀ ਤਾਂ ਬਾਅਦ 'ਚ 31 ਜੁਲਾਈ ਤੱਕ ਤਾਂ ਰਿਮਾਂਡ ਸੀ, ਤਾਂ ਬਾਅਦ 'ਚ ਸਾਨੂੰ 26 ਯਾਨੀ ਕਿ ਜੁਲਾਈ ਨੂੰ ਜਦੋਂ ਪੁਲਿਸ ਘਰੋਂ ਕੁੱਟ ਕੇ ਲੈ ਕੇ ਗਈ ਆ, ਹਾਂਜੀ ਤਾਂ ਉਦੋਂ ਹੀ ਅਸੀਂ ਆਪਣੇ ਘਰੋਂ ਚਲ ਗਏ ਕਿ ਪੁਲਿਸ ਕਿਤੇ ਸਾਨੂੰ ਨਾ ਲੈ ਕੇ ਚਲ ਜਾਏ, ਕਿਉਂਕਿ ਪੁਲਿਸ ਆਉਂਦੀ ਸੀ ਕਿ ਜੇ ਨਰੈਣ ਸਿੰਘ ਚੌੜੇ ਦਾ ਨਹੀਂ ਪਤਾ ਲੱਗੂਗਾ ਹਾਂਜੀ ਤਾਂ ਅਸੀਂ ਤੁਹਾਡੀ ਕੁੜੀ ਵੀ ਚੁੱਕ ਕੇ ਲੈ ਜਾਣੀ ਆ, ਤੇ ਜਾਂ ਕੁਲਵੰਤ ਸਿੰਘ ਨੂੰ ਕਹੋ ਕਿ ਸਾਨੂੰ ਨਰੈਣ ਸਿੰਘ ਚੌੜੇ ਦਾ ਪਤਾ ਦੱਸੇ। ਹਾਂਜੀ ਇੱਕ ਨਰੈਣ ਸਿੰਘ ਚੌੜੇ ਦਾ ਪਤਾ ਕੁਲਵੰਤ ਸਿੰਘ ਹੀ ਜਾਣਦਾ। ਹਾਂਜੀ। ਤੇ ਜਦੋਂ ਪੁਲਿਸ ਵਾਲੇ ਕੁੱਟਦੇ ਸਨ ਹਾਂਜੀ ਤੇ ਕਹਿੰਦੇ ਕਿ ਕੁਲਵੰਤ ਸਿੰਘ ਤੂੰ ਕਿਹਨੂੰ ਮੰਨਦਾ ਵਾ, ਤੇ ਕੁਲਵੰਤ ਸਿੰਘ ਗਾੜੀਓ ਕਹਿੰਦਾ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਦਸਾਂ ਪਾਤਸ਼ਾਹੀਆਂ ਨੂੰ ਮੰਨਦਾ ਵਾਂ। ਤੇ ਪੁਲਿਸ ਵਾਲੇ ਗਾੜੀਓ ਕਹਿੰਦੇ ਕਿ ਆਂਦੇ ਕਿ ਹੋਰ ਤੂੰ ਕਿਹਨੂੰ ਮੰਨਦਾ ਵਾਂ, ਤੇ ਕੁਲਵੰਤ ਸਿੰਘ ਗਾੜੀਓ ਚਾਚਾ ਸਾਡਾ ਕਹਿੰਦਾ ਕਿ ਅਸੀਂ ਬਾਬਾ ਦੀਪ ਸਿੰਘ ਨੂੰ ਮੰਨਦੇ ਹਾਂ। ਤੇ ਗਾੜੀਓ ਡੰਡੇ ਮਾਰ ਕੇ ਕਹਿੰਦਾ ਆਂਦਾ ਅੱਜ ਤੇਰੇ ਲਾਗੇ ਬਾਬਾ ਦੀਪ ਸਿੰਘ ਖੜਾ ਤੇ ਮੈਂ ਖੜਾ ਵਾਂ, ਇੱਕ ਅੰਮ੍ਰਿਤਧਾਰੀ ਇੰਸਪੈਕਟਰ ਹੋਣ ਕਰਕੇ। ਤੇ ਉਹਨੇ ਇਹੋ ਜਿਹੀ ਗੱਲ ਕਹੀ ਆਂਦਾ ਅੱਜ ਤੂੰ ਦੱਸ ਕਿ ਤੇਰੇ ਲਾਗੇ ਬਾਬਾ ਦੀਪ ਸਿੰਘ ਖੜਾ ਤੇ ਕਿ ਮੈਂ ਖੜਾ ਵਾਂ। ਅੰਮ੍ਰਿਤਧਾਰੀ ਇੰਸਪੈਕਟਰ ਆ, ਇੰਸਪੈਕਟਰ ਬਲਬੀਰ ਸਿੰਘ ਵੀ ਅੰਮ੍ਰਿਤਧਾਰੀ ਆ, ਤੇ ਜਿਹੜਾ ਹੈਗਾ ਇੰਸਪੈਕਟਰ ਹਰਵਿੰਦਰਪਾਲ ਇਹ ਵੀ ਅੰਮ੍ਰਿਤਧਾਰੀ ਆ। ਹਾਂ ਅੰਮ੍ਰਿਤ ਛਕੇ ਹੋਏ ਆ ਉਹਨਾਂ ਨੇ ਵੀ, ਤੇ ਸਾਰੇ ਉਸ ਤਰ੍ਹਾਂ ਅੰਮ੍ਰਿਤਧਾਰੀ ਉਹਨਾਂ ਦੀ ਹੈਗੇ ਆ। ਤੇ ਬਾਕੀ ਜੋ ਵੀ ਉਹਨਾਂ ਨੇ ਜੋ ਕੀਤਾ ਵਾ, ਸਾਡੇ ਵੀ ਇੱਧਰ ਪਿਛਲੇ ਬੰਨੇ ਸਾਨੂੰ ਹਜੇ ਤੱਕ ਦਬਾਅ ਪਾਇਆ ਜਾ ਰਿਹਾ ਵਾ ਕਿ ਤੁਸੀਂ ਕੇਸ ਵਾਪਸ ਲਓ, ਇੱਕ ਤੁਹਾਨੂੰ ਸਰਕਾਰੀ ਨੌਕਰੀ ਦੇਵਾਂਗੇ ਤੇ ਇੱਕ ਤੁਹਾਨੂੰ ਜਿਹੜਾ ਹੈਗਾ ਵਾ 14 ਲੱਖ ਰੁਪਈਆ ਅਸੀਂ ਤੁਹਾਨੂੰ ਆਫਰ ਕਰਦੇ ਹਾਂ। ਤੁਹਾਨੂੰ ਕਿੰਨੇ ਸਾਲ ਵੀ ਕੇਸ ਲੜਦੇ ਹੋ? ਸਾਨੂੰ ਹੋ ਗਿਆ 3-4 ਸਾਲ ਕੇਸ ਲੜਦਿਆਂ ਨੂੰ, ਤੇ ਇਹ ਮੁੜ ਕੇ ਫਿਰ ਭਾਈ ਪਾਲ ਸਿੰਘ ਹੋਣਾ ਨੇ, ਨਰੈਣ ਸਿੰਘ ਹੋਣਾ ਦਾ ਮੁੜ ਕੇ ਫਿਰ ਇਸ ਕਰਕੇ ਸਾਨੂੰ ਆਉਂਦੇ ਸੀ ਕਿ ਨਹੀਂ ਤੁਸੀਂ ਇਹ ਗੱਲ ਤੋਂ ਪਛਾਣ ਨਹੀਂ ਹਟਾ। ਕੇਸ ਸਾਡਾ ਹੁਣ ਚੰਡੀਗੜ੍ਹ ਚੱਲਣ ਦਿਆ ਤੇ ਹਾਈਕੋਰਟ ਤੇ ਵਕੀਲ ਸਾਡਾ ਨਾਮ ਕਿਰਨ ਆ, ਤੇ ਉਹ ਡਏ ਸਾਨੂੰ ਡਰਾਉਂਦੇ ਰਹੇ, ਬਹੁਤ ਧਮਕਾਉਂਦੇ ਰਹੇ। ਤੇ ਫਿਰ ਇਸ ਕਰਕੇ ਸਾਨੂੰ ਮੈਂ ਉਦੋਂ ਚਾਚਾ ਜੀ ਜਦੋਂ ਅਰੈਸਟ ਹੋਏ ਚਾਚਾ ਕੁਲਵੰਤ ਸਿੰਘ ਹੋਣਾ ਨੂੰ, ਕੀਤਾ ਮੁੜ ਕੇ ਮੈਨੂੰ ਘਰਦਿਆਂ ਨੇ, ਜਿਉਂ ਵੀ ਮੈਂ 2 ਸਾਲ ਤੱਕ ਘਰ ਨਹੀਂ ਵੜਿਆ, ਮੈਂ ਅੰਦਰ ਬਾਹਰ ਹੀ ਰਿਹਾ। ਜੇ ਕਦੇ ਘਰ ਆਉਣਾ ਤੇ ਕਦੇ ਮੈਂ ਕਈ ਡੇਰੇ ਕਈ ਗੁਰਦੁਆਰੇ ਅੰਦਰ ਬਾਹਰ ਹੀ, ਬਹੁਤ ਔਖੇ ਟਾਈਮ ਕੱਟੇ ਆ। ਘਰਦੇ ਵੀ ਸਾਡੇ ਦਾਦੀ ਸਾਡੀ ਦੇ ਸਾਹਮਣੇ ਕੁੱਟਿਆ, ਦਾਦੀ ਸਾਡੀ ਇਹਨੇ ਹਜੇ ਵੀ ਕੇਸ ਦੀ ਉਹਨੇ ਗਵਾਹੀ ਦਿੱਤੀ ਸੀ ਪੁਲਿਸ ਵਾਲਿਆਂ ਦੇ ਖਿਲਾਫ, ਤੇ ਭੈਣ ਮੇਰੀ ਨੇ ਅਮਨਦੀਪ ਕੌਰ ਨੇ ਵੀ ਗਵਾਹੀ ਦਿੱਤੀ ਆ। ਤੇ ਉਸ ਕਰਕੇ ਪੁਲਿਸ ਹਜੇ ਤੱਕ ਸਾਡੇ ਨਾਲ ਬਹੁਤ ਖਹਿਬਾਜ਼ੀ ਕਰਨ ਦੀ ਆ, ਤੇ ਉਹਨਾਂ ਨੇ ਤੇ ਇਹ ਮੁੱਦਾ ਬਣਾਇਆ ਵਾ ਕਿ ਅਸੀਂ ਜੋ ਵੀ ਆ ਇਹਨਾਂ ਨੂੰ ਪਰਿਵਾਰ ਨੂੰ ਛੱਡਣਾ ਨਹੀਂ ਆ। ਤੇ ਜਿੱਥੋਂ ਤੱਕ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਇਸ ਪਰਿਵਾਰ ਤੇ ਸ਼ੁਰੂ ਤੋਂ ਹੀ, ਬਾਬਾ ਮਾਣੋ ਚਾਲ ਤੋਂ ਲੈ ਕੇ ਤੇ ਭਾਈ ਗੁਰਭਜਨ ਸਿੰਘ ਜੀ ਮਾਣੋ ਚਾਲ ਤੇ ਅਵਤਾਰ ਸਿੰਘ ਜੀ ਬ੍ਰਹਮਾ ਤੇ ਜਸਪਾਲ ਸਿੰਘ ਜੀ ਸੰਧੜਾ, ਆਪਣੇ ਜਿੰਨੇ ਵੀ ਇੱਥੇ ਖਾੜਕੂ ਬਿੱਲਾ ਵਰਪਾਲਾ ਵਾਲਾ ਜਿੰਨੇ ਵੀ ਸਿੰਘ ਹੋਏ ਸਾਡੇ ਨਾਲ ਬਹੁਤ ਇਸ ਪਿਆਰ ਰੱਖਦੇ ਸੀ ਕਿ ਇਹ ਪਰਿਵਾਰ ਇੱਕ ਬਹੁਤ ਰਹਿੰਦਾ ਵਾ, ਕਿ ਇਹਨਾਂ ਨੇ ਇੰਨੀ ਕਿਸੇ ਦੀ ਵੀ ਹਜੇ ਤੱਕ ਮੰਨੀ ਸਾਡੀ ਇੰਨੀ ਜਾਇਦਾਦ ਹੋਣ ਕਰਕੇ। ਚਲੋ ਹੁਣ ਅਸੀਂ ਕੱਖਾਂ ਦੇ ਭਾਰ ਰਲੇ ਪਏ ਹਾਂ, ਪਰ ਫਿਰ ਵੀ ਜੋ ਵੀ ਸਾਡਾ ਸੰਘਰਸ਼ ਆ ਦੁਨੀਆ ਦੇ ਵਿੱਚ ਉਸ ਅਸੀਂ ਖਾਲਿਸਤਾਨ ਲਈ ਲੜਦੇ ਰਹਾਂਗੇ। ਇਦੋਂ ਅਸੀਂ ਕੋਈ ਵੀ ਨਹੀਂ, ਜੋ ਵੀ ਅਸੀਂ ਭਾਵੇਂ ਸਾਡੀਆਂ ਉਮਰਾਂ ਅਜੇ ਛੋਟੀਆਂ ਵਾਂ, ਤੇ ਪਰ ਫਿਰ ਵੀ ਅਸੀਂ ਜੋ ਵੀ ਇੰਨੀ ਕਿਸੇ ਦੀ ਮੰਨਾਂਗੇ ਜਿੱਥੋਂ ਤੱਕ ਹੋਵੇ, ਭਾਵੇਂ ਇਨਸਾਫ਼ ਮਿਲੇ। ਪਰ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਕੋਈ ਇਨਸਾਫ਼ ਮਿਲਣ ਦੀ ਤਾਂ ਸਾਨੂੰ ਕੋਈ ਉਮੀਦ ਨਹੀਂ ਹੈਗੀ, ਤੇ ਜੇ ਤਾਂ ਬਹੁਤੀ ਗੱਲ ਹੋਊਗੀ ਅਸੀਂ ਲੜਦੇ ਰਹਾਂਗੇ। ਤੇ ਬਾਕੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਹ ਗੱਲ ਆਖੀ ਕਿ ਸਾਨੂੰ ਕਚਹਿਰੀਆਂ ਦੇ ਵਿੱਚੋਂ ਕਦੇ ਵੀ ਇਨਸਾਫ਼ ਨਹੀਂ ਮਿਲ ਸਕਦਾ,
ਜੇ ਅਸੀਂ ਇਨਸਾਫ ਦੀ ਕਦੋਂ ਕਰਦੇ ਹਾਂ, ਉਹ ਸਰਕਾਰਾਂ ਤੋਂ ਗਾੜੀ ਜੱਜ ਵਿਕੇ ਆ। ਜੇ ਕਿਤੇ ਗੱਲ ਕੋਈ ਕਰਦੇ ਸਾਡੀ, ਤਾਂ ਕੋਈ ਉੱਥੇ ਗੱਲ ਵੀ ਨਹੀਂ ਨਾ ਸੁਣਦਾ, ਆਉਂਦੇ ਆ ਜਾਂਦੇ ਆ ਕੋਈ, ਬਸ ਉਹੀ ਪੁਲਿਸ ਵਾਲੇ ਆਪਣੀਆਂ ਮਰਜ਼ੀਆਂ ਕਰਦੇ ਆ, ਉਹਨਾਂ ਦੇ ਪਿੱਛੇ ਜੱਜ ਲੱਗੇ ਹੋਏ ਆ। ਅਤੇ ਸਾਡੀ ਤਾਂ ਕੋਈ ਨਹੀਂ ਹਜੇ ਤੱਕ, ਸਾਡੇ ਤਾਂ ਐਡਾ ਵਕੀਲ ਆ, ਵਕੀਲ ਦੀ ਨਹੀਂ ਕੋਈ ਉੱਥੇ ਸੁਣਵਾਈ ਹੁੰਦੀ, ਅਤੇ ਸਾਨੂੰ ਉਹਨਾਂ ਤੋਂ ਇਨਸਾਫ ਕੀ ਮਿਲਣਾ। ਪਿੱਛੇ ਜੇ ਭਾਈ ਨਰਾਇਣ ਸਿੰਘ ਹੁਣਾਂ ਨੂੰ ਮੈਂ ਮਿਲਣ ਗਿਆ ਹਾਂ, ਹਾਂਜੀ ਉਹਨਾਂ ਦੀ ਤਰੀਕ ਕੇ, ਠੀਕ ਹੈ ਉਹਨਾਂ ਨੂੰ ਜੀ। ਮੈਂ ਆਖਿਆ ਕਿ ਇਸ ਤਰ੍ਹਾਂ ਕਿੱਥੇ ਗੱਲ, ਮਿਲਣ ਗਏ ਤੇ ਹੁਣ? ਇੱਥੇ ਕਚਹਿਰੀ ਅੰਮ੍ਰਿਤਸਰ, ਅੰਮ੍ਰਿਤਸਰ, ਠੀਕ ਅਤੇ ਇੱਥੇ ਕੋਰਟ 'ਚ ਮੈਂ ਗਿਆ ਮਿਲਣ। ਉਹਨਾਂ ਨੂੰ ਆਖਿਆ ਕਿ ਕੋਈ ਭਾਈ ਸਾਹਿਬ ਸਾਨੂੰ ਕੁਝ ਦਿਖਣ ਨਹੀਂ ਦਿਆ, ਅਤੇ ਨਾਲੇ ਕੋਈ ਸਾਡੇ ਮਗਰ ਹੈ ਨਹੀਂ ਆ ਕੋਈ ਵੀ ਪਾਰਟੀ ਦੇ ਜਥੇਬੰਦੀ ਦੇ, ਅਤੇ ਉਹ ਆਖਣ ਦੇ ਕਿ ਆਂਦੇ ਜੇ ਤੋਂ ਆਪਾਂ ਨੂੰ ਕੋਈ ਵਿਸ਼ਵਾਸ ਨਹੀਂ ਹੈਗਾ ਕਿ ਕੋਈ ਸਾਨੂੰ ਇਨਸਾਫ ਦਿਵਾ ਦੇਗਾ, ਅਤੇ ਕੋਈ ਵੀ ਨਹੀਂ। ਭਾਈ ਨਰਾਇਣ ਸਿੰਘ ਹੁਣ, ਪਾਲ ਸਿੰਘ ਹੁਣਾਂ ਨੂੰ ਅਤੇ ਨਾਲ ਦੇ ਉਹਨਾਂ ਦੇ ਸਿੰਘਾਂ ਨੂੰ ਕੋਈ ਸਾਬਤ ਨਹੀਂ ਹੁੰਦਾ ਸੀ, ਅਗਲਿਆਂ ਨੇ ਚੁੱਕ ਕੇ ਜੇਲ੍ਹ 'ਚ ਸੁੱਟ ਦਿੱਤਾ, ਕਿ ਜਦੋਂ ਸਾਨੂੰ ਕੋਈ ਉਹਨਾਂ ਦੇ ਹੈਗਾ ਨਹੀਂ ਵਿਸ਼ਵਾਸ ਕਿ ਇਹ ਸਾਡੇ ਨਾਲ ਕੋਈ ਇਨਸਾਫ ਕਰਨਗੇ। ਬਾਕੀ ਜੋ ਵੀ ਆ ਗੁਰੂ ਸਾਹਿਬ ਦਾ ਅਸੀਂ ਭਾਣਾ ਮੰਨਦੇ ਹਾਂ, ਅਤੇ ਜੋ ਵੀ ਅਸੀਂ ਇਹ ਲਈ ਕਰਾਂਗੇ ਜਿੰਨੇ ਕੁ ਯੋਗੇ ਹੈਗੇ ਹਾਂ। ਅਤੇ ਬਾਕੀ ਜੋ ਵੀ ਆ ਸਾਰੀਆਂ ਸੰਗਤਾਂ ਵੱਲੋਂ ਕਿ ਇਹ ਪਰਿਵਾਰ ਲਈ ਪੂਰਾ ਸਹਿਯੋਗ ਦਿੱਤਾ ਜਾਵੇ, ਅਤੇ ਅਸੀਂ ਜਿਹੜਾ ਇਹ ਪਰਿਵਾਰ ਦੇ ਵਿੱਚ ਅਸੀਂ ਗਾੜੀ ਲੜਨ ਦੀ ਪੂਰੀ ਸਮਰੱਥਾ ਗੁਰੂ ਸਾਹਿਬ ਦੇਣ। ਠੀਕ ਹੈ, ਤੁਹਾਨੂੰ ਕੋਈ ਮਦਦ ਵੀ ਕਰਨਾ? ਹਾਂਜੀ, ਆ ਪਿੱਛੇ ਜੇ ਮਤ ਕੀਤੀ ਸੀ ਵੀਰਕਾਰ ਰੂਪ ਸਿੰਘ ਹੋਣਾ ਨੇ ਅਤੇ ਬਲਬੀਰ ਸਿੰਘ ਬੈਂਸ, ਅਤੇ ਇਹਨਾਂ ਵਿੱਚ ਹਾਂਜੀ 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 ਪਿੱਛੇ ਜੇ ਵੀਰਾਂ ਨੇ ਕਈਆਂ ਨੇ ਕੀਤੀ ਸੀ ਕਿ ਮਤ ਚਾਚਾ ਜੀ ਹੋਣਾ ਦੀ, ਅਸੀਂ ਉਦੋਂ ਇਹ ਪੁਲਿਸ ਦੇ ਸਾਨੂੰ ਆਖਿਆ ਸੀ ਇਹਨਾਂ ਦਾ ਕੋਈ ਨਹੀਂ ਅਸੀਂ ਮਨਾਉਣ ਦੇਣਾ, ਅਤੇ ਹਾਂ ਹਾਂ ਅਤੇ ਸਾਨੂੰ ਬਹੁਤ ਦਬਾਅ ਪਾਇਆ ਜਾ ਰਿਹਾ ਸੀ, ਅਤੇ ਅਸੀਂ ਫਿਰ ਉਦੋਂ ਅਸੀਂ ਆਖਿਆ ਕਿ ਅਸੀਂ ਵਹੀ ਚਾਚਾ ਜੀ ਹੋਣਾ ਦੀਆਂ ਤਿੰਨਾਂ ਦੀਆਂ, ਸ਼ਹੀਦ ਭਾਈ ਹਰਦੇਵ ਸਿੰਘ ਰਾਕਟ ਅਤੇ ਸ਼ਹੀਦ ਭਾਈ ਬਖਤਾਵਰ ਸਿੰਘ ਅਤੇ ਸ਼ਹੀਦ ਭਾਈ ਕੁਲਵੰਤ ਸਿੰਘ ਵਰਪਾਲ, ਕਿ ਅਸੀਂ ਬਰਸੀ ਮਨਾ ਕੇ ਵਿਖਾਵਾਂਗੇ। ਕਿੰਨੇ ਤੁਹਾਡੇ ਪਰਿਵਾਰ 'ਚ ਕਿੰਨੇ ਸ਼ਹੀਦ ਹੋਏ ਭੱਜੀ ਜਿਹੜੇ? ਤਿੰਨ ਸ਼ਹੀਦ ਹੋਏ ਆ, ਅਤੇ ਡੈਡੀ ਜੀ ਸਾਡੇ ਨੂੰ ਵੀ ਬਹੁਤ ਉਦੋਂ ਥਾਣੇ ਦਾ ਉਹ ਹੈਗਾ ਸੀ ਮੱਲੀ ਥਾਣੇਦਾਰ, ਉਹਨਾਂ ਨੇ ਵੀ ਬਹੁਤ ਟੌਰਚਰ ਕੀਤਾ ਇਹਨਾਂ ਨੂੰ। ਹਾਂਜੀ ਬਲਬੀਰ ਸਿੰਘ, ਉਹਨਾਂ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਸੀ, ਕਿਤੇ ਗਰਮ ਗਰਮ ਲੋਕਾਂ ਜਿਹੜੀਆਂ ਸੀ ਉਹ ਸਿਰ ਦੇ ਵਿੱਚ ਪਾ ਦੇਣੀਆਂ, ਕਿੱਥੇ ਟੌਰਚਰ ਕੀਤਾ ਬਹੁਤ ਜ਼ਿਆਦਾ। ਉਹਨਾਂ ਦਾ ਸਰੀਰ ਸ਼ੁਰੂ ਤੋਂ ਜਦੋਂ ਦੇ ਪੁਲਿਸ ਦੇ ਟੌਰਚਰ ਕੀਤਾ ਉਦੋਂ ਦਾ ਸਰੀਰ ਨਹੀਂ ਉਹਨਾਂ ਦਾ ਸੈੱਟ ਹੋਇਆ, ਅਤੇ ਇਹ ਕਰਕੇ ਜਿਹੜਾ ਹੈਗਾ ਸੀ ਦਾਦੀ ਜੀ ਸਾਡੀ, ਉਹਨਾਂ ਨੇ ਵੀ ਬਹੁਤ ਸਾਡੀ ਦਾਦੀ ਜੀ ਦਾ ਦਿਲ ਸੀ, ਅਤੇ ਹਾਂਜੀ ਦੁੱਖ ਵੀ ਵੇਖਿਆ। ਵੀਰ ਸਿੱਖ ਚੈਨਲ ਵਾਲੇ ਉਦੋਂ ਵੀ ਆਏ ਸੀ ਵਿਚਾਰੇ, ਇਹਨਾਂ ਨੇ ਵੀ ਉਦੋਂ ਵੇਖਿਆ ਮਾਤਾ ਜੀ ਦੀ ਹਾਲਤ, ਅਤੇ ਇਹ ਸਾਡੇ ਕੋਲ ਉਦੋਂ ਪਹੁੰਚੇ ਹਨ, ਅਤੇ ਇਹਨਾਂ ਨੇ ਉਦੋਂ ਮਾਤਾ ਜੀ ਦੀ ਵੀਡੀਓ ਵੀ ਬਣਾਈ, ਸਭ ਕੁਝ ਕੀਤਾ ਸੀ। ਅਤੇ ਬਾਕੀ ਜਿਹੜਾ ਹੈਗਾ ਸੀ ਬਹੁਤ ਪਰਿਵਾਰ ਦਾ ਹੈਗਾ ਸੀ, ਮਾਤਾ ਜੀ ਨੇ ਦੁੱਖ ਵੇਖਿਆ, ਸਾਨੂੰ ਕਦੀ ਮਾਤਾ ਦੇ ਇੱਕ ਆਸੂ ਨਹੀਂ ਅਸੀਂ ਹੱਥ 'ਚ ਅੱਖ 'ਚ ਵੇਖਿਆ, ਬਸ ਮਾਤਾ ਨੂੰ ਅੰਦਰੋਂ ਅੰਦਰ ਉਹ ਦੁੱਖ ਖਾਈ ਗਿਆ ਕਿ ਇੰਨੇ ਪੁੱਤ ਮੇਰੇ ਤੁਰ ਗਏ। ਅਤੇ ਬਾਕੀ ਡੈਡੀ ਜੀ ਹੋਣਾਂ ਦੀ ਉਦੋਂ ਮਹੀਨਾ ਕੁ ਪਹਿਲਾਂ ਕੁਲਵੰਤ ਸਿੰਘ ਤੋਂ ਫੜਨ ਤੋਂ ਡੈਥ ਹੋਈ, ਫਿਰ ਵੀ ਅਸੀਂ ਪੁਲਿਸ ਦੇ ਗਾੜੀ ਉਦੋਂ ਹੱਥ ਜੋੜੇ ਸੀ ਕਿ ਨਹੀਂ ਮਾਤਾ ਜੀ ਨਹੀਂ, ਕਿ ਇਸ ਤਰ੍ਹਾਂ ਇੱਕ ਭਰਾ ਸੀ ਉਹ ਚਲ ਗਿਆ ਜਿੰਨੇ ਪਰਿਵਾਰ ਦਾ ਸਾਰਾ ਕਰ ਰਿਹਾ ਸੀ, ਅਤੇ ਉਹ ਕਹਿੰਦੇ ਸੀ ਅਗਲੇ ਦਿਨ ਹੀ ਛੱਡ ਜਾਣਾ, ਕਿਸੇ ਨੇ ਮੁੜ ਕੇ ਬਾਤ ਨਹੀਂ ਮੁੜ ਕੇ ਪੁੱਛੀ ਕਿ ਕੋ ਗਏ ਆ, ਕਿਸੇ ਨੂੰ ਇਹ ਮੇਲਾਂ ਜਿਹੜੇ ਇੱਥੋਂ ਦੇ ਪ੍ਰਧਾਨ ਘੁਮਾਉਂਦੇ ਆ ਉਹਨਾਂ ਨੂੰ ਇਹ ਮੇਲਾਂ ਕੀਤੀਆਂ ਕਿ ਇਸ ਤਰ੍ਹਾਂ ਬੰਦਾ ਚੁੱਕ ਕੇ ਲੈ ਗਿਆ, ਕਿਸੇ ਨੇ ਹਜੇ ਤੱਕ ਕੋਈ ਸੁਰ ਪਤਾ ਨਹੀਂ ਕਿ ਜਥੇਬੰਦੀ ਨੇ ਕਿਸੇ ਨੇ ਸਾਡੀ ਉਦੋਂ ਸਾਰ ਨਹੀਂ ਲਈ। ਹਾਂਜੀ ਬਹੁਤ ਇਹੋ ਜਿਹੇ ਮਾੜੇ ਜਿਹੇ ਸੰਘਰਸ਼ਾਂ ਦੇ ਵਿੱਚ ਅਸੀਂ ਰਹੇ ਹਾਂ, ਅਤੇ ਸੁਣਿਆ ਸੀ ਕਿ ਉਦੋਂ ਚਲੋ ਅਸੀਂ ਵੱਡਿਆਂ ਤੋਂ ਸੁਣਿਆ 91-92-93 ਤੱਕ ਇਹੋ ਜਿਹੀ ਲਹਿਰ ਚੱਲੀ ਆ, ਅਤੇ 2010 ਦੇ ਵਿੱਚ ਜੋ ਸਾਡੇ ਪਰਿਵਾਰ ਨਾਲ ਹੋ ਗਿਆ,
ਤੇ ਮੈਂ ਹਜੇ ਵੀ ਕਈਆਂ ਸਿੰਘਾਂ ਨੂੰ ਆਂਦਾ, ਮੈਂ ਕਿਹਾ ਤੁਸੀਂ ਹੱਸ ਕੇ ਕਹਿੰਦੇ ਜੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਤੇ ਪਰ ਜਦੋਂ ਸਾਡੇ ਪਰਿਵਾਰ ਤੇ ਜਦੋਂ ਗੱਲ ਆਈ ਨਾ, ਤੇ ਮੈਂ ਕਿਹਾ ਕਿ ਉਹ ਅੱਜ ਸਾਨੂੰ ਕੀ ਗੱਲ, ਉਹ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਤੇ ਉਹਨਾਂ ਪਰਿਵਾਰਾਂ ਨੂੰ ਕਿਹਨੇ ਪੁੱਛਣਾ, ਉਦੋਂ ਇਹੋ ਜਿਹਾ ਕਮਜ਼ੋਰ ਸੀ। ਚਲੋ ਫਿਰ ਵੀ ਇਹ ਬਾਦਲ ਦੀ ਸਰਕਾਰ ਦੀ ਕਿ ਨਾਲ ਦਸ਼ਾਂ ਸ਼ਾਹੀ ਦੇ ਇਹ ਜੋ ਵੀ ਕੰਮ ਕੀਤਾ ਗਿਆ ਕਿ ਇਹਨਾਂ ਦੇ ਰਾਜ ਦੇ ਵਿੱਚ ਹੀ ਬਾਦਲ ਸਰਕਾਰ ਦੇ, ਤੇ ਇਹ ਉਹ ਚਾਚੇ ਕੁਲਵੰਤ ਸਿੰਘ ਹੋਣਾ ਨੂੰ ਸ਼ਹੀਦ ਕੀਤਾ ਗਿਆ। ਹਜੇ ਤੱਕ ਕਿਸੇ ਨੇ ਵੀ DIG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਨਕੁਆਇਰੀ ਕਰਨ ਦੀ ਦਿੱਤੀ ਸੀ, ਉਹਨੇ ਵੀ ਕੋਈ ਗਾੜੀ ਠੋਸ ਗਾੜੀ ਮੁੱਦਾ ਨਹੀਂ ਲੈ ਕੇ ਆਇਆ। ਉਹ ਵੀ ਕਿ ਤੁਸੀਂ ਲਾ ਲਓ ਕਿ ਇੱਕ ਸਰਕਾਰ ਦਾ ਉੱਤੇ ਦਬਾਅ ਪੈ ਗਿਆ, ਹਿੰਦੁਸਤਾਨ ਦੀ ਸਰਕਾਰ ਨੇ ਉੱਤੇ ਦਬਾਅ ਪਾਇਆ ਕਿ ਨਾ ਕੋ ਕਾਰਗੀ ਵਕਾਰ ਕਰ ਵਿਖਾਇਆ, ਕੁਛ ਵੀ ਨਹੀਂ ਉਹਨੇ ਦੱਸਿਆ ਵੀ ਨਹੀਂ ਉੱਥੇ, ਹਾਈ ਕੋਰਟ ਕੁਛ ਵੀ ਨਹੀਂ ਆਪਣਾ ਕੀਤਾ। ਤੇ ਇਹ ਕਰਕੇ ਜੋ ਵੀ ਆ ਸਾਡਾ ਬਹੁਤ ਹੋ ਗਿਆ, ਅਤੇ ਅਸੀਂ ਇਹ ਕਰਕੇ ਆਉਂਦੇ ਹਾਂ ਕਿ ਜੋ ਵੀ ਆਪਣਾ ਗੁਰੂ ਸਾਹਿਬ ਦਾ ਭਾਣਾ ਮੰਨ ਕੇ ਇਹ ਪਰਿਵਾਰ ਚੱਲ ਰਿਹਾ ਵਾ, ਅਤੇ ਬਾਕੀ ਜਿੰਨੇ ਵੀ ਆ ਸਾਨੂੰ ਸਾਧ ਸੰਗਤ ਸਹਿਯੋਗ ਕਰਨ ਸਪੋਰਟ ਕਰਨ, ਅਤੇ ਬਸ ਸਾਨੂੰ ਇੰਨਾ ਹੀ ਆ ਕਿ ਹੌਂਸਲਾ ਚਾਹੀਦਾ ਵਾ ਸਾਡੇ ਨੇ ਜਿਹਦਾ ਪਰਿਵਾਰ ਨਾਲ। ਸਾਨੂੰ ਇੰਨਾ ਨਹੀਂ ਪਤਾ ਕਿ ਰਾਤ ਨੂੰ ਅੱਜ ਤੁਹਾਡੇ ਕੋਲ ਅਸੀਂ ਇੰਟਰਵਿਊ ਕਰਵਾਉਂਦੇ ਹਾਂ, ਅਤੇ ਸਵੇਰੇ ਖਬਰਾਂ ਆਈਆਂ ਹੋਣ ਕਿ ਇਹਨਾਂ ਨੂੰ ਗੋਲੀਆਂ ਮਾਰ ਕੇ ਅੱਜ ਮਾਰਤਾ ਪੁਲਿਸ ਨੇ, ਕਿ ਅਜੇ ਵੀ ਇਹ ਪਰਿਵਾਰ ਕਿ ਨਾਲ ਦੇ, ਇਹ ਨਾ ਸੋਚੋ ਕਿ ਪਰਿਵਾਰ ਹੈ ਨਹੀਂ ਆ, ਪਰਿਵਾਰ ਹਜੇ ਵੀ ਇੰਡੀਆ ਦੇ ਵਿੱਚ ਸੰਘਰਸ਼ ਲੜ ਰਹੇ ਆ, ਕਿ ਇਹ ਨਹੀਂ ਇੱਥੇ ਸੰਘਰਸ਼ ਖਤਮ ਨਹੀਂ ਹੋਇਆ। ਹਾਂਜੀ, ਅਤੇ ਇਹ ਕਰਕੇ ਹਜੇ ਕਈ ਪਰਿਵਾਰ ਹੈਗੇ ਆ, ਭਾਵੇਂ ਜਸਪਾਲ ਸਿੰਘ ਲਾ ਲਓ, ਭਾਵੇਂ ਸੋਹਣ ਸਿੰਘ ਲਾ ਲਓ, ਭਾਵੇਂ ਇਹ ਭਾਈ ਸੋਹਣ ਸਿੰਘ ਹੋਣੀ ਵੀ, ਇਹਨਾਂ ਨਾਲ ਵੀ ਸਾਡੇ ਪਰਿਵਾਰਕ ਬੜੇ ਸੰਬੰਧ ਰਹੇ ਆ, ਅਤੇ ਇਹਨਾਂ ਵਿਚਾਰਿਆਂ ਦਾ ਵੀ ਬਹੁਤ ਨੁਕਸਾਨ ਉਹਨਾਂ ਨੇ ਕੀਤਾ, ਸਾਡਾ ਵੀ ਬਹੁਤ ਹੋਇਆ ਵਾ, ਅਤੇ ਇਸ ਕਰਕੇ ਜੋ ਵੀ ਆ ਅਸੀਂ ਇਹ ਸੰਘਰਸ਼ ਲੜ ਰਹੇ ਹਾਂ ਅਤੇ ਲੜਦੇ ਰਵਾਂਗੇ, ਕੇਸ ਦੇ ਪੂਰਾ ਲੜਨ ਦੇ ਆ। ਅਤੇ ਹੁਣ ਇਹ ਆ ਕਿ ਇਨਸਾਫ ਦੀ ਕਦੋਂ ਸਾਨੂੰ ਦਿਖਣ ਨਹੀਂ ਦਿਆ, ਸਗੋਂ 3 ਬੁਲਟ ਉਹਨਾਂ ਨੇ ਸਾਡੇ 'ਤੇ ਇੰਨਾ ਦਬਾਅ ਪਾਇਆ, ਇੱਥੇ ਗੜੀ ਚੌਂਕੀ ਬਹਾਤੀ, ਅਤੇ ਸਾਨੂੰ ਜਦੋਂ ਅਸੀਂ ਵੇਖਣਾ ਸਾਨੂੰ ਉਹਨਾਂ ਨੇ ਕੁਛ ਨਹੀਂ ਕਹਿਣਾ, ਸਾਡੇ 'ਤੇ ਨਿਗਾਹ ਹੀ ਰੱਖਣੀ। ਅਤੇ ਫਿਰ ਇੱਕ ਦਿਨ ਰਾਤ ਨੂੰ ਸਾਡੇ ਕਹਿੰਦੇ ਸਾਨੂੰ ਕਹਿੰਦੇ ਕੇਸ ਵਾਪਸ ਲੈ ਲਓ, ਜਿੱਦਾਂ ਚਾਚਾ ਜੀ ਨੂੰ ਘਰੋਂ ਕੁੱਟ ਕੇ ਖੜਿਆ, ਸਾਨੂੰ ਕਹਿੰਦੇ ਕੇਸ ਵਾਪਸ ਲੈ ਲਓ, ਅਸੀਂ ਫਿਰ ਕੇਸ ਵਾਪਸ, ਅਸੀਂ ਉਹਨਾਂ ਨੂੰ ਮਨਾ ਕਰਤਾ ਕਿ ਅਸੀਂ ਨਹੀਂ ਲੈ ਸਕਦੇ। ਫਿਰ ਸਾਡੇ ਘਰ ਦੇ ਪਿਛਲੇ ਬੰਨੇ ਆਣ ਕੇ 3 ਬੁਲਟਾਂ ਦੇ ਵਿੱਚ ਅਤੇ 3 ਸਾਲਟਾਂ ਮਗਰ ਮੁੰਡੇ ਬੈਠੇ ਆ, ਹਥਿਆਰ ਬੰਦ ਹੋ ਗਏ, ਸਾਡੇ ਬੂਹੇ ਗਾੜੀ ਗੋਲੀਆਂ ਚਲਾਉਂਦੇ ਫਿਰਦੇ ਰਹਿੰਦੇ, ਕਦੀ ਪਿਛਲੇ ਪਾਸੇ ਚਲਾ, ਕਦੀ ਇੱਧਰ ਪਾਸੇ। ਫਿਰ ਪੁਲਿਸ ਨੂੰ ਤਲਾਹ ਦਿੱਤੀ ਗਵਾਂਢੀਆਂ ਨੇ ਕਿ ਇਸ ਤਰ੍ਹਾਂ ਗੋਲੀਬਾਰੀ ਚੱਲ ਰਹੀ ਆ, ਅਤੇ ਤੁਸੀਂ ਆਣ ਕੇ ਇੱਥੇ ਇਹਨਾਂ ਨੂੰ ਰੋਕੋ ਕਿ ਸੰਭਾਲੋ ਆਣ ਕੇ। ਤਾਂ ਪੁਲਿਸ ਕਹਿੰਦੇ ਨਹੀਂ, ਸਾਡੇ ਕੋਲ ਇਸ ਵੇਲੇ ਪੁਲਿਸ ਨਹੀਂ ਹੈਗੀ, ਓ ਵਾਹ ਵਾਹ, ਸਾਡੇ ਕੋਲ ਇੱਥੇ ਨਹੀਂ ਆਇਆ ਜਾਣਾ, ਅਤੇ ਅਸੀਂ ਸਵੇਰੇ ਆਵਾਂਗੇ। ਨਾ ਕੋਈ ਪੁਲਿਸ ਆਈ ਨਾ ਹੋਰ, ਸਾਨੂੰ ਹਜੇ ਤੱਕ ਵੀ ਦਬਦਬਾ ਬਹੁਤ ਪਾਇਆ ਜਾ ਰਿਹਾ ਵਾ ਕਿ ਤੁਸੀਂ ਇੱਥੋਂ, ਅਸੀਂ ਹੁਣ 3 ਭੈਣ ਭਰਾ ਵਾਂ, ਸਾਡੇ ਚਾਚਾ ਕੁਲਵੰਤ ਸਿੰਘ ਹੀ ਸਾਨੂੰ ਸਾਂਭਦਾ, ਸਾਡਾ ਮਾਤਾ ਪਿਤਾ ਤਾਂ ਹੈ ਨਹੀਂ। ਅਤੇ 26 ਜੁਲਾਈ ਨੂੰ ਸਟੇਟ ਸਪੈਸ਼ਲ ਸੈੱਲ ਦਾ ਇੰਸਪੈਕਟਰ ਹਰਵਿੰਦਰਪਾਲ ਸਿੰਘ 11 ਕੁ ਵਜੇ ਯਾਨੀ ਕਿ ਆਪਣੀ ਗੱਡੀ ਤੇ ਆਏ ਆ, ਨਾਲ ਉਹਨਾਂ ਨੇ ਚਾਚਾ ਜੀ ਨੂੰ ਲਿਆਂਦਾ ਹੋਇਆ ਸੀ। ਅਸੀਂ ਤਾਂ ਪਹਿਲਾਂ ਤਾਂ ਸੋਚਿਆ ਕਿ ਸ਼ਾਇਦ ਉਹ ਛੱਡਣ ਆਏ ਹੋਏ ਆ ਚਾਚਾ ਜੀ ਨੂੰ, ਤਾਂ ਪਰ ਉਹਨਾਂ ਦੀ ਹਾਲਤ ਕਾਫੀ ਚਾਚਾ ਜੀ ਦੀ ਖਰਾਬ ਸੀ, ਤਾਂ ਲਿਆਣ ਕੇ ਤੇ ਉਹਨਾਂ ਨੇ ਮਾਤਾ ਜੀ ਸਾਹਮਣੇ ਖੜਾ ਕਰ ਦਿੱਤਾ ਚਾਚਾ ਜੀ ਨੂੰ। ਤਾਂ ਬੋਲਣ ਲੱਗੇ ਕਿ ਤੁਸੀਂ ਨਾ ਪੁੱਛੋ ਆਪਣੇ ਬੇਟੇ ਨੂੰ ਕਿ ਭਾਈ ਨਰਾਇਣ ਸਿੰਘ ਕਿੱਥੇ ਆ। ਤਾਂ ਦਾਦੀ ਜੀ ਨੇ ਕਿਹਾ ਕਿ ਤੁਸੀਂ ਦੱਸ ਦਿਓ ਵੀ ਨਰੈਣ ਸਿੰਘ ਕਿੱਥੇ ਆ। ਤਾਂ ਚਾਚਾ ਜੀ ਕਹਿੰਦੇ ਕਿ ਮੈਨੂੰ ਤਾਂ ਉਹਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਹੈਗਾ। ਤਾਂ ਫਿਰ ਉਹ ਸਾਡੇ ਸਾਹਮਣੇ ਲੈ ਗਏ ਵਿਹੜੇ ਦੇ ਵਿੱਚ, ਤੇ ਉਹਨਾਂ ਨੇ ਨਾ ਚਾਚਾ ਜੀ ਨੂੰ ਕਿਹਾ ਕਿ ਤੁਸੀਂ ਨਾ ਕੱਪੜੇ ਲਾਓ। ਤਾਂ ਫਿਰ ਮੈਨੂੰ ਲੈ ਗਏ, ਕਹਿੰਦੇ ਕਿ ਤੂੰ ਆਪਣੇ ਚਾਚਾ ਜੀ ਨੂੰ ਪੁੱਛ
ਕੀ ਭਾਈ ਨਰੈਣ ਸਿੰਘ ਬਾਰੇ ਦੱਸਦੇ, ਨਹੀਂ ਤਾਂ ਅਸੀਂ ਲੇਡੀ ਪੁਲਿਸ ਨੂੰ ਫੋਨ ਕੀਤਾ ਹੋਇਆ ਵਾ, ਠੀਕ ਹੈ ਜੀ। ਤਾਂ ਉਹਨਾਂ ਹੁਣੇ ਆਉਣ ਹੀ ਵਾਲੀ ਆ, ਤਾਂ ਬਸ ਫਿਰ ਅਸੀਂ ਤੈਨੂੰ ਵੀ ਨਾਲ ਲੈ ਜਾਣਾ ਵਾ। ਤੇ ਚਾਚਾ ਜੀ ਕਹਿੰਦੇ ਕਿ ਨਹੀਂ ਤੁਸੀਂ ਸਾਡੀ ਕੁੜੀ ਨੂੰ ਤਾਂ ਨਹੀਂ ਫੜ ਸਕਦੇ, ਤੇ ਪਰ ਮੈਨੂੰ ਭਾਈ ਨਰੈਣ ਸਿੰਘ ਚੌੜੇ ਬਾਰੇ ਵੀ ਨਹੀਂ ਕੋਈ ਪਤਾ ਹੈਗਾ। ਠੀਕ ਹੈ ਜੀ। ਤੇ ਉਹ 3-4 ਡਾਂਗਾਂ ਦੇ ਨਾਲ ਹੀ ਲੈ ਕੇ ਆਏ ਸੀ ਬਾਹਰ, ਉਹਨਾਂ ਨੇ ਕਾਫੀ ਭਾਰੀ ਫੋਰਸ ਖਿਲਾਰੀ ਹੋਈ ਸੀ, ਤਾਂ ਜਿਹੜਾ ਮੇਨ ਗੇਟ ਸੀ ਉਹ ਬੰਦ ਕੀਤਾ ਹੋਇਆ ਸੀ ਕਿ ਕੋਈ ਅੰਦਰ ਨਾ ਆ ਸਕੇ ਨਾ ਕੋਈ ਬਾਹਰ ਜਾ ਸਕੇ। ਤੇ ਸਾਨੂੰ ਵੀ ਉਹਨਾਂ ਨੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ, ਦਾਦੀ ਜੀ ਉਹਨਾਂ ਕੋਲ ਤੁਰਿਆ ਨਹੀਂ ਜਾਂਦਾ, ਉਹਨਾਂ ਦੀ ਲੱਤ ਟੁੱਟੀ ਹੋਈ ਸੀ, ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਨੇ ਬਾਹ ਲਿਆ। ਤੇ ਫਿਰ ਉਹਨਾਂ ਨੇ ਡਾਂਗਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਕਾਫੀ 1.5 ਘੰਟਾ ਯਾਨੀ ਕਿ ਡਾਂਗਾਂ ਨਾਲ ਕੁੱਟਦੇ ਰਹੇ, ਉਹ ਪਾਣੀ ਪਾ ਦੇਣ ਉੱਪਰ ਸਰੀਰ ਦੇ, ਬਾਅਦ ਚ ਡਾਂਗਾਂ ਭਰਾਉਣੀਆਂ ਸ਼ੁਰੂ ਕਰ, ਇਕੱਠੇ 3-3 ਜਾਣੇ ਸੀ ਜਿਹੜੇ ਕਿ ਛਾਤੀ ਦੇ ਉੱਪਰ ਚੜ ਜਾਂਦੇ ਸੀ। ਬਹੁਤ ਇੰਨੀ ਜ਼ਿਆਦਾ ਹਾਲਤ ਮਾੜੀ ਕੀਤੀ ਕਿ ਉਹ ਇੱਥੇ ਯਾਨੀ ਕਿ ਚਾਂਗਰਾ ਮਾਰਦੇ ਸੀ ਤਾਂ ਬਾਹਰ ਬਹੁਤ ਉੱਚੀ ਉੱਚੀ ਰੌਲਾ ਪੈਂਦਾ ਸੀ, ਤੇ ਜਿਹੜੇ ਇੱਥੇ ਯਾਨੀ ਕਿ 150-200 ਬੰਦਾ ਤੇ ਸਾਡੇ ਘਰ ਦੇ ਗੇਟ ਗੜੀ ਖੜਾ ਸੀ, ਤੇ ਪੁਲਿਸ ਭਰ ਕੇ ਇਹਨੂੰ ਅੰਦਰ ਨਹੀਂ ਸੀ ਆਉਣ ਦਿੰਦੀ, ਤੇ ਨਾ ਪੁਲਿਸ ਦੇ ਡਰ ਤੋਂ ਕੋਈ ਕਹਿੰਦਾ ਸੀ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਇਹਨੂੰ ਛੱਡ ਦਿਓ। ਤਾਂ ਕੁੱਟ ਕੱਟ ਕੇ ਤਾਂ ਬਾਅਦ ਚ ਉਹਨਾਂ ਨੇ ਜਦੋਂ ਬੇਹੋਸ਼ ਹੋ ਗਏ ਚਾਚਾ ਜੀ, ਉਹਨਾਂ ਨੂੰ ਖਿੱਚ ਕੇ ਵਾਲਾਂ ਤੋਂ ਤੇ ਗੱਡੀ ਦੇ ਵਿੱਚ ਇਹਨਾਂ ਨੇ ਸੁੱਟ ਲਿਆ ਵਾ, ਤਾਂ ਜਾਣ ਲੱਗੇ ਦਾਦੀ ਜੀ ਨੂੰ ਕਹਿੰਦੇ ਕਿ ਜੇ ਤਾਂ ਤੁਸੀਂ ਬਚਣਾ ਵਾ ਤੇ ਮੈਨੂੰ ਅੱਜ ਤੋਂ ਬਾਅਦ ਕਦੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦਿਖਾਈ ਨਾ ਦਿਓ, ਤੇ ਜੇ ਕਿਤੇ ਦਿਖਾਈ ਦਿੱਤੇ ਤਾਂ ਅਸੀਂ ਫੇਰ ਤੁਹਾਨੂੰ ਚੁੱਕ ਲਾਂਗੇ, ਤੇ ਨਾਲ ਹੁਣ ਐਤ ਗਏ ਸੀ ਸਾਡੇ ਬੱਚੇ ਵੀ ਨਹੀਂ ਛੱਡਣੇ। ਤਾਂ ਦਾਦੀ ਜੀ ਡਰ ਗਏ, ਤੇ ਉਹ ਦਾਦੀ ਜੀ ਫਿਰ ਕਹਿਣ ਲੱਗੇ ਕਿ ਅਸੀਂ ਹੁਣ ਚੱਲ ਜਾਂਦੇ ਹਾਂ ਇਸ ਘਰ ਦੇ ਵਿੱਚੋਂ, ਤੇ ਅਸੀਂ ਉਸ ਦਿਨ ਹੀ ਘਰੋਂ ਚੱਲ ਗਏ ਕਿ ਰਿਸ਼ਤੇਦਾਰ ਪਾਸ ਚੱਲ ਗਏ। ਤਾਂ ਰਿਸ਼ਤੇਦਾਰ ਵੀ ਸਾਡੇ ਪਹਿਲਾਂ ਹੀ ਫੋਨ ਕਰੀ ਜਾਂਦੇ ਕਿ ਸਾਡੇ ਕੋਲ ਨਾ ਆਇਓ, ਸਾਡੇ ਕੋਲ ਨਾ ਆਇਓ, ਡਰਦੇ ਮਤਲਬ ਕਿ ਜਾਂਦੇ। ਹਾਂਜੀ, ਸਾਰੇ ਜਾਣੇ ਡਰਦੇ ਸੀ ਇਸ ਕੇਸ ਦੇ ਵਿੱਚ ਕਿ ਸਾਡੇ ਤੇ ਕੋਈ ਐਕਸ਼ਨ ਨਾ ਆ ਜਾਏ। ਤਾਂ ਬਾਅਦ ਚ ਅਸੀਂ ਚੋਰੀ ਛੱਪੀ ਆਪਣੇ ਰਿਸ਼ਤੇਦਾਰ ਕੋਲੋਂ ਰਹੇ 1-2 ਮਹੀਨੇ ਲੁੱਕ ਛਿਪ ਕੇ। ਤਾਂ 26 ਜੁਲਾਈ ਨੂੰ ਜਦੋਂ ਇਹਨਾਂ ਨੇ ਕੀਤਾ ਹੋਇਆ ਸੀ, 25 ਜੁਲਾਈ ਨੂੰ ਪੇਸ਼, ਤੇ ਇਹਨਾਂ ਨੇ 31 ਤੱਕ ਤੇ ਰਿਮਾਂਡ ਲਿਆ ਹੋਇਆ ਸੀ ਪੁਲਿਸ ਨੇ, ਤੇ ਫਿਰ ਚਾਚਾ ਜੀ ਨੂੰ ਮਾਲ ਮੰਡੀਏ ਲੈ ਗਏ ਆ, ਤੇ ਡੇਲੀ ਯਾਨੀ ਕਿ ਉੱਥੇ ਇੰਨਾ ਜ਼ਿਆਦਾ ਕਰੰਟ ਲਾਇਆ ਜਾਂਦਾ ਸੀ ਨਾ ਉਹਨਾਂ ਨੂੰ, ਬਹੁਤ ਜ਼ਿਆਦਾ ਜਦੋਂ ਕਰੰਟ ਇੰਨਾ ਇਹਨਾਂ ਨੇ ਜ਼ਿਆਦਾ ਲਾ ਦਿੱਤਾ ਸੀ ਕਿ ਜਿਹੜੇ ਦੋਨੇ ਗੁਰਦੇ ਸੀ ਨਾ ਫੇਲ ਹੋ ਚੁੱਕੇ ਸੀ, ਤੇ ਜਿਹੜਾ ਚੱਲਣ ਫਿਰ ਤੇ ਉਹ ਸਕਦੇ ਨਹੀਂ ਸੀ, ਤੇ ਇਹ ਸਵੇਰ ਨੂੰ ਕੁੱਟ ਦਿੰਦੇ ਸੀ, ਤੇ ਦੁਪਹਿਰ ਨੂੰ ਇੱਕ ਮਾਨਾ ਵਾਲੇ ਹਸਪੀਟਲ ਹੈਗਾ ਵਾ ਉੱਥੇ ਦਾਖਲ ਕਰਵਾ ਦਿੰਦੇ ਹੁੰਦੇ ਸੀ, ਤੇ ਉਹ ਟ੍ਰੀਟਮੈਂਟ ਕਰਦੇ ਹੁੰਦੇ ਤੇ ਸ਼ਾਮ ਨੂੰ ਲਿਆ ਕੇ ਤੇ ਫਿਰ ਮਾਲ ਮੰਡੀ ਦੇ ਵਿੱਚ ਖੜੇ ਕਰ ਦੇਣਾ। ਇੰਨੀ ਜ਼ਿਆਦਾ ਯਾਨੀ ਕਿ ਪਨਿਸ਼ਮੈਂਟ ਦਿੰਦੇ ਹੁੰਦੇ ਸੀ ਕਿ ਭਾਈ ਨਰੈਣ ਸਿੰਘ ਬਾਰੇ ਦੱਸਦੇ, ਤੇ ਕਦੀ ਪਾਣੀ ਪੀਣ ਨੂੰ ਨਹੀਂ ਦਿੰਦੇ ਹੁੰਦੇ। ਤਾਂ 31 ਜੁਲਾਈ ਨੂੰ ਜਦੋਂ ਇਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕੀਤਾ ਵਾ, ਤਾਂ ਉਦੋਂ ਉਹਦਾ ਚਾਚਾ ਜੀ ਕੋ ਤੁਰਿਆ ਵੀ ਨਹੀਂ ਜਾਂਦਾ, ਤੇ ਵੀਲ ਚੇਅਰ ਤੇ ਇਹਨਾਂ ਨੇ ਬਹਾ ਕੇ ਤੇ ਲੈ ਗਏ ਆ। ਤਾਂ ਜਦੋਂ ਇਹਨਾਂ ਨੇ ਪਹਿਲਾਂ ਵੀ ਪੇਸ਼ ਕੀਤਾ ਵਾ, ਤੇ ਉਦੋਂ ਵੀ ਵੀਲ ਚੇਅਰ ਤੇ ਖੜਿਆ ਵਾ, ਤਾਂ ਇਹਨਾਂ ਜਦੋਂ ਜੱਜ ਕੋ ਰਿਮਾਂਡ ਮੰਗਿਆ, ਜੱਜ ਨੂੰ ਕਹਿੰਦੇ ਕਿ ਦਿਨ ਦਾ ਰਿਮਾਂਡ ਦਿਓ, ਜੱਜ ਦਿਨ ਦਾ ਕਿਉਂ, ਤੁਸੀਂ 5 ਦਾ ਲਓ। ਜੱਜ ਨੇ ਆਪਣੀ ਖੁਸ਼ੀ ਨਾਲ 5 ਦਿਨ ਦਾ ਰਿਮਾਂਡ ਦੇ ਦਿੱਤਾ ਵਾ, ਤੇ ਬਾਅਦ ਚ ਤੇ ਫਿਰ ਪੁਲਿਸ ਨੇ ਇੰਨੀ ਜ਼ਿਆਦਾ ਕੁੱਟ ਕੁੱਟ ਹਾਲਤ ਮਾੜੀ ਕਰ ਦਿੱਤੀ ਕਿ ਜਦੋਂ 1 ਅਗਸਤ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਛੱਡਣ ਗਏ ਆ, ਤੇ ਗਾੜੀਆਂ ਜੇਲ੍ਹ ਪ੍ਰਸ਼ਾਸਨ ਆਂਦਾ ਕਿ ਕੁਲਵੰਤ ਸਿੰਘ ਦੀ ਤੇ ਇੰਨੀ ਹਾਲਤ ਮਾੜੀ ਆ ਕਿ ਇਹਨਾਂ ਨੂੰ ਲੱਗਦਾ ਕਿ ਹੁਣੇ ਮਰ ਜਾਣਾ ਵਾ, ਤੇ ਜਿਹੜਾ ਸਪੈਸ਼ਲ ਸੈੱਲ ਦਾ ਇੰਸਪੈਕਟਰ ਸੀ ਉਹ ਧੱਕੇ ਨਹੀਂ ਉੱਥੇ ਛੱਡ ਆਇਆ, ਕਹਿੰਦਾ ਕੋਈ ਗੱਲ ਨਹੀਂ ਇਹ ਨਹੀਂ ਇਹ ਨਹੀਂ ਮਾਰ ਸਕਦਾ। ਤੇ ਚਾਚਾ ਜੀ ਸਾਰੀ ਰਾਤ ਯਾਨੀ ਕਿ ਉੱਥੇ ਤੜਫਦੇ ਰਹਿੰਦੇ, ਆਂਦੇ ਸਾਰੇ ਜਾਣੇ ਦੱਸਦੇ ਕਿ ਉੱਥੇ ਇੰਨਾ ਜ਼ਿਆਦਾ ਤੜਫੇ ਆ ਕਿ ਸਾਰੀ ਰਾਤ ਇਹਨਾਂ ਨੇ ਕਿਸੇ ਨੂੰ ਸੌਣ ਨਹੀਂ ਦਿੱਤਾ। ਤੇ ਅਗਲੀ ਸਵੇਰ ਜੇਲ ਪ੍ਰਸ਼ਾਸਨ ਨੇ ਨਾ ਉਹਨਾਂ ਨੂੰ ਗੁਰੂ ਨਾਨਕ ਦੇਵ ਹਸਪੀਟਲ ਦਾਖਲ ਕਰਵਾ ਦਿੱਤਾ, ਤੇ ਸਾਨੂੰ ਤਾਂ ਕੋਈ ਇਹਨਾਂ ਨੇ ਸੂਚਨਾ ਨਹੀਂ ਦਿੱਤੀ। ਤੇ 9-10 ਅਗਸਤ ਨੂੰ ਨਾ ਫਿਰ ਅਖਬਾਰ ਦੇ ਵਿੱਚ ਇੱਕ ਖਬਰ ਆ ਗਈ ਕਿ ਕੁਲਵੰਤ ਸਿੰਘ ਖਾੜਕੂ ਦੇ ਦੋਨੇ ਗੁਰਦੇ ਫੇਲ ਹੋ ਚੁੱਕੇ ਆ, ਤੇ ਉਹ ਮੌਤ ਦੀਆਂ ਆਖਰੀ ਘੜੀਆਂ ਗਿਣ ਰਿਹਾ ਵਾ। ਤੇ ਫਿਰ ਅਸੀਂ ਖਬਰ ਪੜ੍ਹ ਕੇ ਗਏ ਜਦੋਂ ਮਿਲਣ, ਤੇ ਉੱਥੇ ਕਾਫੀ ਜ਼ਿਆਦਾ ਯਾਨੀ ਕਿ ਭਾਰੀ ਗਿਣਤੀ 'ਚ ਪੁਲਿਸ ਲੱਗੀ ਸੀ, ਉਹਨਾਂ ਨੇ ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਕਹਿੰਦੇ ਕਿ ਅਸੀਂ ਨਹੀਂ ਕੁਲਵੰਤ ਸਿੰਘ ਨੂੰ ਮਿਲ ਦੇਣਾ। ਫਿਰ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਕੀਤਾ,
ਤਾਂ ਜਦੋਂ ਕੇਸ ਕੀਤਾ ਤਾਂ ਪੁਲਿਸ ਉਸੇ ਦਿਨ ਹੀ ਡਰ ਗਈ ਕਿ ਇਹਨਾਂ ਨੇ ਸਾਡੇ ਉੱਪਰ ਕੇਸ ਕਰ ਦਿੱਤਾ ਵਾ। ਤੇ ਜਦੋਂ ਅਸੀਂ ਇਹਨੂੰ ਅਗਲੇ ਦਿਨ ਪੁਲਿਸ ਨੇ ਮਿਲਾਇਆ ਵਾ ਚਾਚਾ ਜੀ ਨਾਲ, ਤੇ ਉਹਨਾਂ ਦੀ ਤਾਂ ਇੰਨੀ ਹਾਲਤ ਮਾੜੀ ਸੀ ਕਿ ਉਹਨਾਂ ਨੂੰ ਕਾਪੀ ਪੈਨ ਫੜਾ ਦਿੱਤਾ ਪੁਲਿਸ ਨੇ ਕਿ ਤੁਸੀਂ ਆਪਣੀ ਫੈਮਿਲੀ ਨੂੰ ਕੁਛ ਲਿਖ ਕੇ ਦਿਓ। ਤਾਂ ਫਿਰ ਚਾਚਾ ਜੀ ਨੇ ਗਾੜੀਆਂ ਲਿਖਦਾ ਕਿ ਮੈਨੂੰ ਤਸਾਖਾਨੇ ਲੈ ਜਾਓ ਜਿੱਥੇ ਤੁਸੀਂ ਮੈਨੂੰ ਇੰਨੇ ਜ਼ਿਆਦਾ ਤਸੀਹੇ ਦਿੱਤੇ ਆ, ਮੈਂ ਹੋਸਪਿਟਲ ਦੇ ਵਿੱਚ ਨਹੀਂ ਰਹਿਣਾ। ਤਾਂ ਡਾਕਟਰਾਂ ਨੇ ਵੀ ਕਿਹਾ ਸੀ ਕਿ ਕੋਈ 8-9% ਕੁਲਵੰਤ ਸਿੰਘ ਦੀ ਬਚਣ ਦੀ ਆਸ ਆ, ਨਹੀਂ ਤੇ ਇਹਦੇ ਦੋਨੇ ਗੁਰਦੇ ਫੇਲ ਆ ਹੋਏ, ਕਿ ਪੁਲਿਸ ਨੇ ਇੰਨਾ ਜ਼ਿਆਦਾ ਇਹਨਾਂ ਨੂੰ ਕਰੰਟ ਲਾ ਦਿੱਤਾ ਨਾ, ਜਿਹੜੀ ਲੱਤ ਸੀ ਉਹ ਵੀ ਸਾੜ ਦਿੱਤੀ ਸੀ ਪੁਲਿਸ ਨੇ, ਉਹਨਾਂ ਕੋਲ ਜਿਹੜੀ ਇੱਕ ਸੱਜੀ ਲੱਤ ਸੀ ਉਹ ਪੁਲਿਸ ਨੇ ਵੈਸੇ ਤੋੜਤੀ ਸੀ, ਜਿਹਦੇ ਹੱਥ ਪੈਰ ਸੀ ਸਾਰੇ ਪੁਲਿਸ ਨੇ ਤੋੜੇ ਹੋਏ ਸੀ, ਇੰਨਾ ਜ਼ਿਆਦਾ ਕੁੱਟਿਆ ਗਿਆ ਸੀ। ਤਾਂ ਬਾਅਦ 26-27 ਦਿਨ ਤਾਂ ਗੁਰੂ ਨਾਨਕ ਦੇਵ ਹੋਸਪਿਟਲ ਹੀ ਦਾਖਲ ਰਹੇ। ਤੇ ਜਦੋਂ ਅਸੀਂ ਇਹ ਟੋਰਚਰ ਦਾ ਕੇਸ ਚੁੱਕਿਆ ਸੀ ਕਿ ਪੁਲਿਸ ਨੇ ਇੰਨਾ ਜ਼ਿਆਦਾ ਨਜਾਇਜ਼ ਟੋਰਚਰ ਕੀਤਾ ਵਾ ਤੇ ਇਹ ਕੇਸ ਵਜ੍ਹਾ ਚ ਕੀਤਾ ਵਾ, ਤਾਂ ਇੰਸਪੈਕਟਰ ਰਵਿੰਦਰਪਾਲ ਤਾਂ ਉਸੇ ਦਿਨ ਤੋਂ ਕੜਾਉਣ ਲੱਗ ਪਿਆ ਸਾਡੇ ਨਾਲ ਕਿ ਜਾਂ ਤਾਂ ਤੁਸੀਂ ਕੇਸ ਵਾਪਸ ਲਓ ਨਹੀਂ ਤੇ ਇਹਦਾ ਇੰਜਾਮ ਜਿਹੜਾ ਨੇ ਬਹੁਤ ਜ਼ਿਆਦਾ ਬੁਰਾ ਹੋ ਜਾਣਾ ਇੱਕ ਦਿਨ ਤੁਹਾਡੇ ਲਈ। ਤਾਂ ਅਸੀਂ ਤਾਂ ਕਦੀ ਵੀ ਕੇਸ ਵਾਪਸ ਲੈਣ ਦਾ ਨਾਮ ਨਹੀਂ ਲਿਆ। ਫਿਰ ਕੇਸ ਦੇ ਵਿੱਚ ਗਵਾਹੀਆਂ ਹੋ ਗਈਆਂ, ਤਾਂ ਡਾਕਟਰਾਂ ਨੇ ਵੀ ਗਵਾਹੀ ਇਹੋ ਹੀ ਦੇ ਦਿੱਤੀ ਸੀ ਕਿ ਜਿਹੜਾ ਹਰਵਿੰਦਰਪਾਲ ਨੇ ਟੋਰਚਰ ਕੀਤਾ ਹੋਇਆ ਵਾ ਉਹਦੇ ਕਰਕੇ ਹੀ ਕੁਲਵੰਤ ਸਿੰਘ ਦੇ ਗੁਰਦੇ ਫੇਲ ਹੋਏ ਸੀ। ਤੇ ਜਿਹੜਾ ਸਾਰਾ ਇਸ ਕੇਸ ਦੇ ਵਿੱਚ ਜਿਹੜਾ ਸਾਰੇ ਜ਼ਿੰਮੇਵਾਰ ਦੋਸ਼ੀ ਠਹਿਰਾਇਆ ਜਾਂਦਾ ਸੀ ਉਹ ਤਾਂ ਹਰਵਿੰਦਰਪਾਲ ਸਿੰਘ ਸੀ, ਤੇ ਹਰਵਿੰਦਰਪਾਲ ਸਿੰਘ ਇਸੇ ਗੱਲ ਤੋਂ ਖੈ ਹੁੰਦਾ ਸੀ ਕਿ ਜਾਂ ਤਾਂ ਕੇਸ ਵਾਪਸ ਲਓ। ਕਾਫੀ ਵਾਰ ਤੇ ਸਾਡੇ ਘਰ ਆਉਂਦੇ ਹੁੰਦੇ ਕਿ ਤੁਸੀਂ ਪੈਸੇ ਸਾਡੇ ਕੋਲ ਲੈ ਲਓ ਤਾਂ ਇਹ ਕੇਸ ਜਿਹੜਾ ਇਹ ਵਾਪਸ ਕਰ ਲਓ, ਤੁਹਾਨੂੰ ਇਸ ਕੇਸ ਨਾਲ ਕੀ ਹੋਣਾ ਵਾ। ਤਾਂ ਹਾਰ ਕੇ ਇੱਕ ਦਿਨ ਚਾਚਾ ਜੀ ਨੇ ਗਵਾਹੀ ਦੇ ਦਿੱਤੀ, ਤਾਂ ਫਿਰ ਸਾਨੂੰ ਇਹ ਕੇਸ ਅਜੇ ਚੱਲਣ ਹੀ ਡਿਆ ਸੀ ਕਿ 16 ਫਰਵਰੀ ਜਿਹੜੀ ਸੀ ਨਾ ਕੇਸ ਪੈਂਡਿੰਗ ਸੀ ਪਿਆ। ਤਾਂ 11 ਫਰਵਰੀ ਨੂੰ ਨਾ ਰਾਤ ਦੋ ਮੁਲਾਜ਼ਮ ਆਏ ਸਾਡੇ ਘਰ ਰਾਤ ਦੇ 10-11 ਵਜੇ ਸੀ, ਤੇ ਆਣ ਕੇ ਕਹਿੰਦੇ ਕਿ ਕੁਲਵੰਤ ਸਿੰਘ ਨੂੰ ਨਾ ਅੱਗ ਲੱਗ ਗਈ ਆ, ਕੋਈ ਭੇਦ ਭਰੀ ਹਾਲਤ ਦੇ ਵਿੱਚ ਸਾਨੂੰ ਕੁਛ ਪਤਾ ਨਹੀਂ ਲੱਗਣ ਡਿਆ। ਤੇ ਅਸੀਂ ਫਿਰ ਗੁਰੂ ਨਾਨਕ ਦੇਵ ਹੋਸਪਿਟਲ ਉਸੇ ਰਾਤ ਗਏ ਆ 12 ਵਜੇ। ਤਾਂ ਅਸੀਂ ਫਿਰ ਦੇਖਿਆ ਜਾ ਕੇ ਕਿ ਚਾਚਾ ਜੀ ਦਾ ਨਾ ਇੱਕ ਸਾਈਡ ਤੋਂ ਮੂੰਹ ਸੜਿਆ ਸੀ ਤੇ ਛਾਤੀ ਸੜੀ ਹੋਈ ਸੀ, ਤੇ ਜਿਹੜੀਆਂ ਦੋਨੇ ਲੱਤਾਂ ਸੀ ਉਹ ਤਾਂ ਬਚੀਆਂ ਸੀ, ਤੇ ਜਿਹੜੀ ਪਿੱਛੋਂ ਪਿੱਠ ਸੀ ਉਹ ਵੀ ਸਾਰੀ ਬਚੀ ਸੀ। ਤੇ ਮੈਂ ਚਾਚਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਕੀ ਹੋਇਆ, ਉਹ ਕਹਿੰਦੇ ਕਿ ਮੈਂ ਤਾਂ ਕਮਰੇ 'ਚ ਲੰਮਾ ਪਿਆ ਹਾਂ ਤਾਂ ਮੈਨੂੰ ਅਚਾਨਕ ਸੇਕ ਲੱਗਾ ਤੇ ਮੈਂ ਭੱਜ ਕੇ ਜਦੋਂ ਉੱਠਿਆ ਤੇ ਬਾਹਰ ਦਾ ਦਰਵਾਜ਼ਾ ਖੋਲ੍ਹਣ ਲੱਗਾ ਜਿਹੜੀ ਚੱਕੀ ਵਾਲਾ ਸੀ ਤੇ ਉਹਨੂੰ ਬਾਹਰ ਪ੍ਰਾਈਵੇਟ ਤਾਲਾ ਲੱਗਾ ਹੋਇਆ ਸੀ। ਤੇ ਬਾਅਦ 'ਚ ਕਹਿੰਦੇ ਕਿ ਮੈਂ ਉੱਥੇ ਚੀਕਣਾ ਚਲਾਉਣਾ ਸ਼ੁਰੂ ਕੀਤਾ ਤੇ ਬਾਹਰ ਉਹ ਮੁੰਡੇ ਆਏ ਆ ਤਾਂ ਉਹਨਾਂ ਨੇ ਦਰਵਾਜ਼ੇ ਦਾ ਜਿਹੜਾ ਜਿੰਦਰਾ ਉਹ ਤੋੜਿਆ ਵਾ ਤੇ ਮੈਨੂੰ ਬਾਹਰ ਕੱਢਿਆ ਤੇ ਫਿਰ ਇਹਨਾਂ ਨੇ ਹਸਪੀਟਲ ਲਿਆਂਦਾ ਵਾ। ਤਾਂ ਡਾਕਟਰ ਕਹਿੰਦੇ ਕਿ ਇਹ ਨਾ 40-45% ਜਿਹੜੇ ਹੈਗੇ ਆ ਤੇ ਫਿਰ ਸੜੇ ਆ ਤੇ ਇਹਨਾਂ ਨੂੰ ਕੋਈ ਖਤਰਾ ਨਹੀਂ ਹੈਗਾ। ਤੇ ਬਾਅਦ 'ਚ ਅਗਲੇ ਦਿਨ ਫਿਰ ਅਸੀਂ ਗਏ ਹਾਂ ਉਹਨਾਂ ਨੂੰ ਮਿਲਣ ਵਾਸਤੇ, ਤੇ ਉਹ ਕਹਿੰਦੇ ਕਿ ਪੁਲਿਸ ਵਾਲੇ ਨਾ ਰਾਤ ਦਾ ਸਾਨੂੰ ਗਲੂਕੋਸ਼ ਵੀ ਨਹੀਂ ਲਿਆ ਕੇ ਦਿੰਦੇ, ਨਾ ਕੋਈ ਟ੍ਰੀਟਮੈਂਟ ਕਰਨ ਨਹੀਂ ਦਿੰਦੇ ਤੇ ਨਾ ਸਾਨੂੰ ਦਵਾਈਆਂ ਦਿੰਦੇ, ਕਹਿੰਦੇ ਕਿ ਜਦੋਂ ਵੀ ਜੇਲ੍ਹ ਪ੍ਰਸ਼ਾਸਨ ਦਵਾਈਆਂ ਦਊਗਾ ਤਾਂ ਅਸੀਂ ਕੁਲਵੰਤ ਸਿੰਘ ਨੂੰ ਦੇ ਦਾਂਗੇ। ਤੇ ਅਗਲੇ ਦਿਨ ਫਿਰ ਨਾ ਇਹਨਾਂ ਨੇ ਕੋਈ ਟੈਸਟ ਕੀਤਾ, ਆਂਦੇ ਅੱਜ ਐਤਵਾਰ ਆ ਤੇ ਅੱਜ ਸਾਰੇ ਉੱਥੇ ਜਿਹੜੀਆਂ ਲੈਬ ਵਗੈਰਾ ਸਭ ਬੰਦ ਹੋਈਆਂ ਨੇ ਤੇ ਅਸੀਂ ਕੱਲ ਨੂੰ ਕੋਈ ਟੈਸਟ ਕਰਾਂਗੇ। ਮੰਡੇ ਨੂੰ ਵੀ ਇਹਨਾਂ ਨੇ ਕੁਛ ਨਹੀਂ ਕੀਤਾ ਉੱਥੇ, ਤੇ ਬਾਅਦ 'ਚ ਮੰਗਲਵਾਰ ਨੂੰ ਥੋੜੀ ਜਿਹੜੀ ਹਾਲਤ ਉਹ ਖਰਾਬ ਹੋ ਗਈ ਆ। ਤੇ ਬਾਅਦ 'ਚ ਮੈਂ ਕਿਹਾ ਕਿ ਤੁਸੀਂ ਤਾਂ ਜਾਂ ਫਿਰ ਇਲਾਜ ਕਰੋ ਤੇ ਜਾਂ ਫਿਰ ਤੁਸੀਂ ਇਹਨਾਂ ਨੂੰ ਛੱਡ ਦਿਓ ਤੇ ਅਸੀਂ ਆਪ ਹੀ ਇਲਾਜ ਕਰਾ ਦਾਂਗੇ। ਕਹਿੰਦੇ ਨਹੀਂ ਕੋਈ ਗੱਲ ਨਹੀਂ, ਅਸੀਂ ਕਰਾ ਦਾਂਗੇ ਇਹਦਾ ਇਲਾਜ ਜਦੋਂ ਸਾਨੂੰ ਜੇਲ੍ਹ ਪ੍ਰਸ਼ਾਸਨ ਪੈਸੇ ਦਊਗਾ। ਤੇ ਉਹਨਾਂ ਨੂੰ ਇੰਨੀ ਗੰਦਗੀ ਦੇ ਵਿੱਚ ਰੱਖਿਆ ਸੀ ਗੁਰੂ ਨਾਨਕ ਹੋਸਪਿਟਲ ਕਿ ਘੇਰੇ ਘੇਰੇ ਪਾਣੀ ਖਲੋਤਾ ਸੀ। ਇੱਕ ਉਹ ਬਰਨ ਕੇਸ ਸੀ ਉਹਨਾਂ ਦੇ, ਤੇ 4 ਦਿਨ ਕੋਈ ਬੈੱਡ ਸ਼ੀਟ ਨਹੀਂ ਸੀ ਚੇਂਜ ਕਰਨ ਆਇਆ, ਇੰਨਾ ਯਾਨੀ ਕਿ ਗੰਦਗੀ ਦੇ ਵਿੱਚ ਉਹਨਾਂ ਨੇ ਤਾਂ ਰੱਖਿਆ ਸੀ ਕਿ ਕੁਲਵੰਤ ਸਿੰਘ ਦੀ ਹੁਣ ਡੈਥ ਹੋ ਜੇ ਤਾਂ ਚੰਗਾ ਹੀ ਆ। ਤੇ ਇੱਕ ਬਰਨ ਕੇਸ ਸੀ, ਉੱਤੋਂ ਪੁਲਿਸ ਨੇ ਉਹਨਾਂ ਨੂੰ ਸੰਗਲ ਮਾਰ ਦਿੱਤੇ ਉੱਥੇ।
ਤੇ ਬਹੁਤ ਜ਼ਿਆਦਾ ਯਾਨੀ ਕਿ ਉੱਥੇ ਵੀ ਇਹਨਾਂ ਨੇ ਇੰਨੇ ਜ਼ਿਆਦਾ ਤਸੀਹੇ ਦਿੱਤੇ ਕਿ ਜੇ ਉਹ ਸੜ ਗਏ ਸੀ ਤੇ ਇਹਨਾਂ ਨੇ ਨਾ 4 ਦਿਨ ਤੱਕ ਨਾ ਕੋਈ ਇਲਾਜ ਕੀਤਾ ਨਾ ਕੋਈ ਦਵਾਈ ਦਿੱਤੀ ਤੇ ਅੰਤ ਇਹ 12 ਕਿੰਨਾ 16 16 ਫਰਵਰੀ 16 ਫਰਵਰੀ 2012 ਨੂੰ ਉਹਨਾਂ ਦੀ ਡੈਥ ਹੋ ਗਈ ਗੁਰੂ ਨਾਨਕ ਜੇ ਅਸੀਂ ਆਖਿਆ ਕਿ ਇਹਨਾਂ ਨੂੰ PGI ਰੈਫਰ ਕਰ ਦਿਓ ਤੇ PGI ਅਸੀਂ ਲੈ ਜਾਂਦੇ ਹਾਂ, ਉਹਨਾਂ ਨੇ ਸਾਡੀ ਕੋਈ ਗੱਲ ਨਾ ਸੁਣੀ। ਜਦੋਂ ਅਸੀਂ PGI ਦਾ ਨਾਂ ਲਿਆ ਤੇ ਇਹਨਾਂ ਨੇ ਡਾਕਟਰ ਸਰਦੀਰ ਖਿੱਚੀ ਆ ਜਿਹੜਾ ਗੁਰੂ ਨਾਨਕ ਹਸਪੀਟਲ ਦੇ ਵਿੱਚ ਆ, ਤੇ ਉਹਨੇ ਸਾਰਾ ਹੀ ਆਪਣਾ ਜਿਹੜਾ ਹੈਗਾ ਸੀ ਭਾਈਚਾਰਾ ਸਾਰਾ ਸੱਦ ਲਿਆ, ਜਿੰਨੀਆਂ ਨਰਸਾਂ ਸੀ ਜੋ ਵੀ ਆ ਉਹਨਾਂ ਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਇਹਨਾਂ ਹੁਣ ਕੀ ਉਹਨਾਂ ਨੂੰ ਲੈ ਜਾਣਾ ਲੱਗਦਾ। ਮੁੜ ਕੇ ਉਸ ਤੋਂ ਬਾਅਦ ਇਹ ਸਾਰੇ ਇਕੱਠੇ ਹੋਏ ਆ, ਇਹਨਾਂ ਨੇ ਚਾਚਾ ਜੀ ਨੂੰ ਉਦੋਂ ਮਿਲੇ ਆਣ ਕੇ, ਫਿਰ ਇਹਨਾਂ ਨੇ ਕੋਈ ਉਦੋਂ ਦਵਾਈ ਦੂਈ ਬੂਟੀ ਟੀਕੇ ਟਾਕੇ ਲਾਏ ਆ। ਉਸ ਤੋਂ ਬਾਅਦ ਚਾਚਾ ਜੀ 4:30 ਵਜੇ ਤੋਂ ਜੋ ਘਟਨਾ ਚਾਲੂ ਹੋ ਗਏ, ਤੇ ਮੁੜ ਕੇ ਚਾਚਾ ਜੀ ਨੇ ਪਾਠ ਕਰਨਾ ਚਾਲੂ ਕਰ ਦਿੱਤਾ ਤੇ ਸਾਨੂੰ ਉਹਨਾਂ ਨੇ ਦੱਸਤਾ ਕਿ ਅੱਜ ਅਸੀਂ ਚੱਲ ਜਾਣਾ ਵਾ, ਤੇ ਸਾਨੂੰ ਉਹਨਾਂ ਨੇ ਪਾਠ ਕਰਨਾ ਚਾਲੂ ਕਰ ਦਿੱਤਾ। ਤੇ ਮੁੜ ਕੇ ਹੌਲੀ ਹੌਲੀ ਸਰੀਰ ਜਿਸ ਤਰ੍ਹਾਂ ਘਟਣਾ ਬੰਦੇ ਦਾ ਚਾਲੂ ਹੋ ਜਾਂਦਾ ਉਦੋਂ ਹੋਣ ਲੱਗ ਪਿਆ। ਮੁੜ ਕੇ 6:30 ਵਜੇ ਨਾ ਸਾਨੂੰ ਫੋਨ ਆਇਆ ਕਿ ਇਸ ਤਰ੍ਹਾਂ ਕੁਲਵੰਤ ਸਿੰਘ ਹੁਣੀ ਪੂਰੇ ਹੋ ਗਏ ਆ, ਤੇ ਮੈਂ ਉਹਨੂੰ ਉਦੋਂ ਫੋਨ ਆ ਗਿਆ ਕਿ ਹੁਣ ਤੂੰ ਘਰ ਆ ਕਿ ਲੋੜ ਆ, ਹੁਣ ਘਰ ਕੋਈ ਵੀ ਨਹੀਂ ਹੁੰਦਾ, ਤੇ ਮਾਤਾ ਜੀ ਵੀ ਬਿਮਾਰ ਚੱਲ ਰਹੇ ਸਨ। ਤੇ ਮੈਂ ਉਦੋਂ ਗੁਰਦੁਆਰਾ ਸਾਹਿਬ ਤੋਂ ਆਇਆ ਵਾਂ, ਤੇ ਮੈਂ ਉਦੋਂ ਅੰਤਿਮ ਜਿਹੜੇ ਦਰਸ਼ਨ ਉਹ ਵੀ ਨਹੀਂ ਉਹਨਾਂ ਦੇ ਹੋ ਪਾਏ। ਤੇ ਮੁੜ ਕੇ ਫਿਰ ਚਾਚਾ ਜੀ ਨੇ ਘਰਦਿਆਂ ਨੂੰ ਸੁਨੇਹਾ ਲਾਤਾ ਕਿ ਹੁਣ ਲਾਲ ਸਿੰਘ ਨੂੰ ਇਹ ਗੱਲ ਆ ਕਿ ਉਹ ਕਿ ਘਰ ਹੀ ਰਹੇ, ਕਿਤੇ ਬਾਹਰ ਨਾ ਜਾਵੇ। ਹੁਣ ਮੁੜ ਕੇ ਮੈਂ ਉਹਨਾਂ ਦੀ ਜੋ ਵੀ ਕਹਿਣ ਤੇ ਅਜੇ ਤੱਕ ਮੈਂ ਕਿਤੇ ਵੀ ਗਿਆ ਨਹੀਂ ਆ, ਘਰੇ ਹੀ ਰਹਿੰਦਾ ਹਾਂ। ਭੈਣ ਜੀ, ਜੋ ਕੇਸ ਚੱਲ ਰਿਹਾ ਤੁਹਾਡਾ, ਉਹ ਕਿੱਥੇ ਤੱਕ ਤੁਹਾਡਾ ਪਹੁੰਚ ਗਿਆ ਕੇਸ? ਕੇਸ ਦੀਆਂ ਦੇ ਹਾਲੇ ਤੱਕ ਤਰੀਕਾਂ ਹੀ ਪਈ ਜਾਂਦੀਆਂ ਵਾ, ਬਸ ਤਰੀਕ ਤੇ ਤਰੀਕ। ਤਾਂ ਹਾਈ ਕੋਰਟ ਨੇ ਇੱਕ ਵਾਰ ਇਨਕੁਆਇਰੀ ਕਵਰ ਵਿਜੇ ਪ੍ਰਤਾਪ ਨੇ ਦਿੱਤੀ ਸੀ, ਤਾਂ ਉਹਨਾਂ ਨੇ ਵੀ ਕੋਈ ਵਿੱਚ ਖਾਸ ਜਿਹੜੀ ਗੱਲ ਸੀ ਉਹ ਕੋਈ ਕੀਤੀ ਨਹੀਂ, ਗੱਲ ਜਿਹੜੀ ਸਾਰੀ ਗੋਲਮੋਲ ਕਰ ਦਿੱਤੀ। ਅੱਛਾ, ਪਹਿਲਾਂ ਤਾਂ 2 ਵਾਰਾਂ ਤਾਂ ਕਵਰ ਵਿਜੇ ਪ੍ਰਤਾਪ ਸਿੰਘ ਵੀ ਬੋਲਦਾ ਹੈਗਾ ਸੀ ਕਿ ਜਿਹੜਾ ਵੀ ਕੁਲਵੰਤ ਸਿੰਘ ਦੀ ਜੇਲ੍ਹ ਦੇ ਵਿੱਚ ਡੈਥ ਹੋਈ ਆ ਅੱਗ ਲੱਗਣ ਕਾਰਨ, ਉਹ ਤਾਂ ਕਿਸੇ ਨੇ ਉਹਨਾਂ ਦਾ ਜਾਣੀ ਕਿ ਮਰਡਰ ਕੀਤਾ ਹੋਇਆ ਵਾ। ਉਹਨਾਂ ਨੇ ਪਹਿਲਾਂ ਤਾਂ ਹਾਈ ਕੋਰਟ ਦੇ ਵਿੱਚ ਦਫਾ 302 ਲਵਾ ਦਿੱਤੀ, ਤਾਂ ਬਾਅਦ 'ਚ ਫਿਰ ਵੀ ਉਹ ਬਾਦਲ ਸਰਕਾਰ ਦੇ ਜਿਹੜੇ ਹੈਗੇ ਸੀ ਜਾਣੀ ਕਿ ਥੱਲੇ ਆ ਗਏ, ਉਹਨਾਂ ਨੇ ਫਿਰ ਗੱਲ ਸਾਰੀ ਗੋਲਮੋਲ ਹੀ ਰੱਖ ਦਿੱਤੀ ਕਿ ਨਹੀਂ ਕੁਛ ਨਹੀਂ ਹੋਇਆ। ਤਾਂ ਹੁਣ ਵੀ ਉਹਨਾਂ ਨੇ ਜਿਹੜੀ ਜਾਣੀ ਕਿ ਇਸ ਤਰ੍ਹਾਂ ਤਰੀਕਾਂ ਦੇ ਤਰੀਕਾਂ ਪਈ ਜਾਂਦੀਆਂ, ਬਾਕੀ ਸਾਨੂੰ ਤਾਂ ਇਨਸਾਫ ਦੀ ਤਾਂ ਕੋਈ ਹੈ ਹੀ ਨਹੀਂ ਉਮੀਦ ਕਿ ਕਦੀ ਕੁਛ ਹੋ ਜਾਊਗਾ, ਕਿਉਂਕਿ ਹੁਣ ਜਿਹੜੇ ਮੇਰੇ ਚਾਚਾ ਜੀ ਸੀ 36 ਈਅਰ ਦੀ ਅਜੇ ਉਹਨਾਂ ਦੀ ਏਜ ਹੈਗੀ ਸੀ, ਉਹਨਾਂ ਨਾਲ ਇੰਨਾ ਜ਼ਿਆਦਾ ਕੰਮ ਹੋ ਗਿਆ। ਮੇਰੇ ਜਿਹੜੇ ਮੇਰੇ ਪਹਿਲੇ ਚਾਚਾ ਜੀ ਸੀ ਭਾਈ ਹਰਦੇਵ ਸਿੰਘ ਰਾਕਟ, ਉਹਨਾਂ ਨੂੰ ਯਾਨੀ ਕਿ 91 ਦੇ ਵਿੱਚ ਪੁਲਿਸ ਨੇ ਚੁੱਕਿਆ, ਤਾਂ ਚੁੱਕ ਕੇ ਤੇ ਉਹਨਾਂ ਨੂੰ ਬਾਅਦ 'ਚ ਕਹਿੰਦੇ ਕਿ ਇਹ ਤਾਂ ਇੱਕ ਰੇਲ ਗੱਡੀ ਉਡਾਉਣ ਦੇ ਚੱਕਰ ਦੇ ਵਿੱਚ ਤੁਰੇ ਫਿਰਨ ਡੇ ਸੀ, ਤਾਂ ਉਹਨਾਂ ਨੂੰ ਪੁਲਿਸ ਨੇ ਇੱਥੇ ਤਰਸਿੱਕੇ ਲੱਗ ਗਏ, ਪੁਲ ਦੇ ਉੱਤੇ ਖਿਲਾਰ ਕੇ ਗੋਲੀ ਮਾਰ ਦਿੱਤੀ। ਉਸ ਤੋਂ ਬਾਅਦ 8 ਮਹੀਨੇ ਬਾਅਦ ਮੇਰੇ ਦੂਜੇ ਚਾਚਾ ਜੀ ਨੂੰ ਚੁੱਕ ਲਿਆ ਕਿ ਤੁਹਾਡੇ ਜਿਹੜੇ ਹੈਗੇ ਆ ਖਾੜਕੂ ਰਿਲੇਸ਼ਨ ਹੈਗੇ ਆ ਖਾੜਕੂਆਂ ਨਾਲ ਬਹੁਤ ਵੱਡਿਆਂ ਨਾਲ, ਉਹਨਾਂ ਨੂੰ ਵੀ ਘਰੋਂ ਲੈ ਗਏ ਤੇ ਉਹਨਾਂ ਨੂੰ ਵੀ ਇਸ ਤਰ੍ਹਾਂ ਕੀਤਾ। ਤਾਂ ਜਦੋਂ ਦਾਦੀ ਜੀ ਹੁਣੀ ਮਗਰ ਜਾਂਦੇ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀ ਆ ਬੋਰੀ ਦੇ ਵਿੱਚ ਫੁੱਲ ਪਏ ਆ ਤਾਂ ਤੁਸੀਂ ਲੈ ਜਾਓ, ਇਹਨਾਂ ਦੇ ਉੱਪਰ ਅਸੀਂ ਨਾਮ ਲਿਖ ਦਿੱਤਾ ਵਾ ਕਿ ਆ ਤੁਹਾਡੇ ਮੈਂਬਰਾਂ ਦੇ ਹੈਗੇ ਆ। ਤਾਂ ਫਿਰ ਉਦੋਂ ਤੇ ਸਾਡੀ ਸਾਰੀ ਜਾਇਦਾਦ ਤੇ ਵਿਕ ਗਈ ਸੀ, ਤੇ ਬਾਅਦ 'ਚ ਅਸੀਂ ਹੁਣ ਸ਼ਹਿਰ ਆ ਗਏ। ਸ਼ਹਿਰ ਵੀ ਫਿਰ ਚਾਚਾ ਜੀ ਦਾ ਜਿਹੜਾ ਸੰਪਰਕ ਹੈ ਭਾਈ ਪਾਲ ਸਿੰਘ ਫਰਾਂਸ ਨਾਲ ਹੋ ਗਿਆ, ਤਾਂ ਹੁਣ ਭਾਈ ਪਾਲ ਸਿੰਘ ਫਰਾਂਸ ਹੁਣਾਂ ਨੂੰ ਜਿਹੜੀ ਬਾਦਲ ਸਰਕਾਰ ਹੈ ਉਹ ਤਾਂ ਚੰਗਾ ਨਹੀਂ ਸੀ ਜਾਣਦੀ, ਤੇ ਭਾਈ ਪਾਲ ਸਿੰਘ ਹੁਣਾਂ ਦੇ ਜਿਹੜੇ ਰਿਲੇਸ਼ਨ ਸੀ ਉਹ ਮੇਰੇ ਚਾਚਾ ਜੀ ਨਾਲ ਸੀ ਕਿ ਉਹਨਾਂ ਦੀ ਗੱਡੀ ਚਲਾਉਂਦੇ ਸੀ, ਤੇ ਇਸ ਕਰਕੇ ਚਾਚਾ ਜੀ ਨੂੰ ਉਹਨਾਂ ਨੇ ਚੁੱਕ ਲਿਆ।
ਤੇ ਫਿਰ ਉਹ ਆਂਦੇ ਕਿ ਚਾਚਾ ਜੀ ਨੂੰ ਆਂਦੇ ਕਿ ਤੁਹਾਡੇ ਜਿਹੜੇ ਜਿਆਦਾ ਰਿਲੇਸ਼ਨ ਭਾਈ ਨਰਾਇਣ ਸਿੰਘ ਨਾਲ ਵਾ ਜਾਂ ਤੇ ਸਾਨੂੰ ਭਾਈ ਨਰਾਇਣ ਸਿੰਘ ਦੇ ਦਿਓ। ਹਾਂਜੀ ਤਾਂ ਚਾਚਾ ਜੀ ਤਾਂ ਫਿਰ ਆਂਦੇ ਸੀ ਕਿ ਅਸੀਂ ਭਾਈ ਨਰਾਇਣ ਸਿੰਘ ਨਾਲ ਚਲੋ ਵੀ ਅਸੀਂ ਉਹਨਾਂ ਦਾ ਸਤਿਕਾਰ ਜ਼ਰੂਰ ਕਰਦੇ ਪਰ ਉਹਨਾਂ ਨੂੰ ਸਾਨੂੰ ਪਤਾ ਨਹੀਂ ਹੈਗਾ ਕਿ ਉਹਨਾਂ ਦਾ ਥਾਂ ਟਿਕਾਣਾ ਕਿੱਥੇ ਆ। ਤਾਂ ਇਸ ਤਰ੍ਹਾਂ ਕਰਕੇ ਉਹਨਾਂ ਨੇ ਸਾਨੂੰ ਯਾਨੀ ਕਿ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਸੀ। ਹੁਣ ਅੱਜ ਤੱਕ ਵੀ ਪੁਲਿਸ ਕਰਦੀ ਆ, ਹੁਣ ਤਾਂ ਥੋੜੀ ਜਿਹੀ ਪੁਲਿਸ ਹੋਣੀ ਘਟ ਗਈ ਆ, ਨਹੀਂ ਤਾਂ ਪਹਿਲਾਂ 1 ਮਹੀਨੇ ਦੇ ਵਿੱਚ 2-3 ਵਾਰ ਆ ਜਾਂਦੀ ਆ, ਜਾਂ ਕਦੀ ਇਨਕੁਆਰੀਆਂ ਦੇ ਬਹਾਨੇ ਆ ਜਾਂਦੀ ਆ। ਕਦੀ ਇਨਕੁਆਰੀ ਆ ਜਾਂਦੀ ਕਿ ਸਾਨੂੰ ਸ਼ੋਅ ਕਰੋ ਕੁਲਵੰਤ ਸਿੰਘ ਦੀ ਡੈਥ ਹੋ ਵੀ ਗਈ ਆ ਕਿ ਨਹੀਂ ਹੋ ਗਈ। ਇੰਨਾ ਜ਼ਿਆਦਾ ਯਾਨੀ ਕਿ ਸਾਨੂੰ ਟੋਰਚਰ ਕੀਤਾ ਜਾਂਦਾ ਪੁਲਿਸ ਦੁਆਰਾ। ਜਿਹੜੇ ਮੇਰੇ ਦਾਦੀ ਜੀ ਸੀ ਉਹ ਤਾਂ ਯਾਨੀ ਕਿ ਤੁਰ ਫਿਰ ਵੀ ਨਹੀਂ ਸਕਦੇ। ਪੁਲਿਸ ਨੇ ਉਹਨਾਂ ਦੇ ਸਾਹਮਣੇ ਚਾਚਾ ਜੀ ਨੂੰ ਜਦੋਂ ਕੁੱਟਦੇ ਸੀ, ਦਾਦੀ ਜੀ ਛਡਾਉਣ ਗਏ ਆ, ਹਰਵਿੰਦਰਪਾਲ ਸਿੰਘ ਨੇ ਧੱਕਾ ਮਾਰ ਕੇ ਪਿੱਛੇ ਸੁੱਟਿਆ ਵਾ, ਤੇ ਸਗੋਂ ਦਾਦੀ ਜੀ ਨੂੰ ਉਲਟਾ ਕਹਿਣ ਲੱਗੇ ਕਿ ਲੇਡੀਜ਼ ਪੁਲਿਸ ਆਉਣ ਡਈ ਆ, ਹੁਣ ਤੁਹਾਨੂੰ ਵੀ ਦੋਨਾਂ ਜਾਣਿਆਂ ਨੂੰ, ਇੱਕ ਤੁਹਾਡੀ ਕੁੜੀ ਨੂੰ ਤੇ ਤੁਹਾਨੂੰ ਵੀ ਨਾਲ ਲੈ ਜਾਣਾ, ਨਹੀਂ ਤਾਂ ਨਰਾਇਣ ਸਿੰਘ ਦੱਸ ਦਿਓ। ਫਿਰ ਦਾਦੀ ਜੀ ਲਾ ਲਓ ਕਿ ਤੁਸੀਂ 18 ਮਹੀਨੇ ਚਾਚਾ ਜੀ ਮਗਰ ਜੇਲ੍ਹ ਦੇ ਉੱਥੇ ਕਚਹਿਰੀਆਂ ਦੇ ਵਿੱਚ ਧੱਕੇ ਖਾਂਦੇ ਰਹੇ, ਤੁਰਿਆ ਉਹਨਾਂ ਕੋਲ ਜਾਂਦਾ ਨਹੀਂ, ਹਾਰਟ ਦੇ ਜਿਹੜੇ ਹੈਗੇ ਉਹ ਮਰੀਜ਼ ਸੀ। ਤਾਂ ਇੰਨਾ ਜ਼ਿਆਦਾ ਯਾਨੀ ਕਿ ਦਾਦੀ ਜੀ ਫਿਰ ਬਿਮਾਰ ਹੋ ਗਏ, ਤਾਂ ਉਹਨਾਂ ਦੀ ਵੀ 8 ਮਹੀਨੇ ਬਾਅਦ ਚਾਚਾ ਜੀ ਤੋਂ ਬਾਅਦ ਡੈਥ ਹੋ ਗਈ। ਤਾਂ ਹੁਣ ਤਾਂ ਸਾਡੇ ਪਰਿਵਾਰ ਦੇ ਵਿੱਚ ਯਾਨੀ ਕਿ ਸਾਡੀ ਦੀ ਪੂਰੀ ਫੈਮਿਲੀ ਖਤਮ ਹੋ ਗਈ, ਤੇ ਅਸੀਂ 3 ਭੈਣ ਭਰਾ ਬਚ ਗਏ ਬਸ। ਤੇ ਇੱਕ ਮੇਰੇ ਚਾਚਾ ਜੀ ਆ ਉਹ ਕਰਮਜੀਤ ਸਿੰਘ, ਉਹ ਲੇਬਰ ਦਾ ਕੰਮ ਕਰਦੇ ਆ ਤੇ ਸਾਡਾ ਜਿਹੜਾ ਗੁਜ਼ਾਰਾ ਉਹ ਕਰਦੇ ਆ। ਇਹ ਭਾਈ ਕਲਾਨ ਸਿੰਘ ਦਾ ਵਿਆਹ ਹੋਇਆ ਸੀ? ਨਹੀਂ, ਅਨਮੈਰਿਡ ਸੀ, ਉਹਨਾਂ ਨੇ ਮੈਰਿਜ ਨਹੀਂ ਕਰਵਾਈ ਕਿਉਂਕਿ ਸਾਡੇ ਮੰਮੀ ਦੀ ਜੋ ਡੈਥ ਹੋ ਗਈ ਸੀ, ਤਾਂ ਫਿਰ ਉਹ ਆਂਦੇ ਕਿ ਨਹੀਂ ਮੈਂ ਮੈਰਿਜ ਨਹੀਂ ਕਰਵਾਉਣੀ। ਤਾਂ ਉਹ ਸੰਤ ਬਾਬਾ ਪੁਰੀ ਵਾਲੇ ਨਾ ਜਿਹੜੇ ਡੇਰਾ ਬਾਬਾ ਕਸ਼ਮੀਰ ਸਿੰਘ, ਉਹਨਾਂ ਨਾਲ ਸੇਵਾ ਕਰਦੇ ਹੁੰਦੇ ਸੀ ਪਿਛਲੇ 14 ਸਾਲ ਤੋਂ, ਯਾਨੀ ਕਿ ਉਹਨਾਂ ਦੇ ਡੇਰੇ ਦੇ ਵਿੱਚ ਹੀ ਰਹਿਣ ਡੇ ਸੀ, ਨਾਲ ਉੱਥੇ ਸੇਵਾ ਕਰਦੇ ਹੁੰਦੇ ਸੀ। ਪਰ ਉਹ ਸਾਧ ਨੇ ਵੀ ਯਾਨੀ ਕਿ ਚਾਚਾ ਜੀ ਦਾ ਮੁੱਲ ਨਹੀਂ ਪਾਇਆ, ਉਹ ਤਾਂ ਉਹਨਾਂ ਦੇ ਸੰਸਕਾਰ ਤੱਕ ਵੀ ਨਹੀਂ ਗਏ। ਤੁਹਾਡੀ ਮਾਤਾ ਜੀ ਕਿੱਦਾਂ? ਉਹ ਤਾਂ ਬਿਮਾਰ ਸੀ ਜਦੋਂ ਛੋਟੇ ਬ੍ਰਦਰ ਦਾ ਜਨਮ ਹੋਇਆ, ਉਦੋਂ ਉਹਨਾਂ ਦੀ ਡੈਥ ਹੋ ਗਈ ਸੀ। ਹੁਣ ਤੱਕ ਸਾਡੀ ਫੈਮਿਲੀ ਜਿਹੜੀ 8 ਮੈਂਬਰ ਸੀ ਉਹਨਾਂ ਦੀ ਤਾਂ ਡੈਥ ਹੋ ਗਈ ਆ, ਤੇ ਮਗਰ ਬਸ ਅਸੀਂ 3 ਭੈਣ ਭਰਾ ਹੀ ਜਿਹੜੇ ਆ ਕਿ ਉਹ ਬਚੇ ਆ। ਤਾਂ ਪੁਲਿਸ ਆ ਜਿਹੜੀ ਯਾਨੀ ਕਿ ਹੁਣ ਕਿੰਨੇ ਸਾਲਾਂ 'ਚ ਇੰਨੇ ਪਰਿਵਾਰਾਂ ਦੀ ਡੈਥ ਹੋ ਗਈ? ਯਾਨੀ ਕਿ 1991 ਤੋਂ ਸ਼ੁਰੂ ਹੋਏ ਆ ਜੋ, ਅੱਛਾ, ਤੇ ਹੁਣ 2014 ਦੇ ਵਿੱਚ ਹਜੇ 1 ਮਹੀਨਾ ਹੀ ਹੋਇਆ ਕਿ ਤਾਇਆ ਜੀ ਦੀ ਡੈਥ ਹੋ ਗਈ ਆ। ਤੇ ਯਾਨੀ ਕਿ ਇੰਨਾ ਫੈਮਿਲੀ ਦੇ ਉੱਤੇ ਪ੍ਰੈਸ਼ਰ ਚੜਦਾ ਪਿਆ ਵਾ ਕਿ ਕੋਈ ਅੰਤ ਹੀ ਨਹੀਂ ਹੈਗਾ। ਤੇ ਅਸੀਂ ਤਾਂ ਹਜੇ ਤੱਕ ਵੀ ਯਾਨੀ ਕਿ ਇਸ ਕੇਸ ਲਈ ਖੜੇ ਆ ਕਿ ਸਾਨੂੰ ਕਹੇ, ਅਸੀਂ ਕਦੀ ਵੀ ਨਹੀਂ ਲਾਲਚ ਅੱਜ ਤੱਕ ਕੀਤਾ ਕਿ ਅਸੀਂ ਇਸ ਕੇਸ ਤੋਂ ਪੈਸੇ ਲੈ ਲਈਏ ਜਾਂ ਕੁਛ ਕਰ ਲਈਏ, ਕਿਉਂਕਿ ਸਾਨੂੰ ਹੁਣ ਇੰਨਾ ਵੀ ਹੈਗਾ ਕਿ ਇਹਨਾਂ ਨੇ ਸਾਡੇ ਚਾਚਾ ਜੀ ਜਿਹੜੀ ਜੇਲ੍ਹ ਦੇ ਵਿੱਚ, ਪਹਿਲਾਂ ਤਾਂ ਇਹਨਾਂ ਨੇ ਮਾਲ ਮੰਡੀ ਵਿੱਚ ਇੰਨਾ ਜ਼ਿਆਦਾ ਤਸ਼ੱਦਦ ਕੀਤਾ, 11 ਦਿਨ ਯਾਨੀ ਕਿ ਨਜਾਇਜ਼ ਜੀ ਹਿਰਾਸਤ 'ਚ ਰੱਖ ਕੇ ਕੁੱਟ ਤੇ ਰਹੇ। ਫਿਰ ਜੇਲ੍ਹ ਦੇ ਵਿੱਚ ਇਹਨਾਂ ਨੇ ਕੈਮੀਕਲ ਪਵਾ ਦਿੱਤਾ, ਹੁਣ ਪੂਰਾ ਪ੍ਰੂਫ ਵੀ ਹੋ ਗਿਆ ਕਿ ਕੁਲਵੰਤ ਸਿੰਘ ਦੇ ਉੱਪਰ ਕੈਮੀਕਲ ਪਿਆ ਸੀ, ਪਰ ਕੋਈ ਵੀ ਇਸ ਗੱਲ ਨੂੰ ਬੋਲਦਾ ਨਹੀਂ ਆ। ਤੁਹਾਨੂੰ ਪੁਲਿਸ ਨੇ ਤੁਹਾਨੂੰ ਲਾਲਚ ਦਿੱਤਾ ਹੈ? ਹਾਂਜੀ, ਲਾਲਚ ਤੇ ਸਾਨੂੰ ਅੱਜ ਤੱਕ ਵੀ ਦਿੱਤਾ ਜਾਂਦਾ ਵਾ, ਕਿਉਂਕਿ ਹੁਣ ਜਿਹੜਾ ਕੇਸ ਪੁਲਿਸ ਤੇ ਚੱਲਣ ਡਿਆ ਵਾ ਉਹ ਚ ਇੰਸਪੈਕਟਰ ਜਿਹੜਾ ਹਰਵਿੰਦਰ ਪਾਲ ਆ, ਸਟੇਟ ਸਪੈਸ਼ਲ ਸੈੱਲ, ਉਹਨਾਂ ਦੀ ਪੂਰੀ ਗਾਰਡ ਦੋਸ਼ੀ ਆ। 3 ਸਾਲ ਹੋ ਗਏ ਆ, ਤੇ ਹੁਣ 1 ਦਿਨ ਤਾਂ ਉਹਨਾਂ ਨੂੰ ਸਜ਼ਾ ਹੋਏਗੀ ਨਾ ਇਸ ਕੇਸ ਦੇ ਵਿੱਚ, ਤੇ ਤਾਂ ਕਰਕੇ ਉਹ ਕਹਿੰਦੇ ਆ ਕਿ ਸਾਨੂੰ ਇਹ ਜਿਹੜਾ ਕੇਸ ਹੈ ਤੋਂ ਅਸੀਂ ਬਚ ਜਾਈਏ। ਇੰਸਪੈਕਟਰ ਹਰਵਿੰਦਰ ਪਾਲ ਨੇ ਤਾਂ ਪਹਿਲਾਂ 9 ਮਹੀਨੇ ਪਹਿਲਾਂ ਤਾਂ ਭਾਈ ਸੋਹਣਜੀਤ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਸੀ, ਬਾਅਦ ਚ ਚਾਚਾ ਜੀ ਨਾਲ ਇਸ ਤਰ੍ਹਾਂ ਉਹਨਾਂ ਨੇ ਕੀਤਾ। ਇਹ ਸਨ ਸਾਡੇ ਨਾਲ ਭਾਈ ਕਲਾਨ ਸਿੰਘ ਜੀ ਵਰਪਾਲ ਦੇ ਭਤੀਜਾ ਜੀ ਅਤੇ ਭਤੀਜੀ ਜੀ, ਜਿਹਨਾਂ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਅਤੇ ਪੁਲਿਸ ਨੇ ਇਹਨਾਂ ਨੂੰ ਕੁੱਟਿਆ ਮਾਰਿਆ ਅਤੇ ਆਪਣੀ ਗਰੀਬੀ ਦੇ ਵਿੱਚ ਇਹਨਾਂ ਤੰਗੀ ਝੱਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਜੀਵਨ ਸਿੰਘ ਢਿੱਲੋਂ।